ਵਾਹਿਗੁਰੂ ਸਾਹਿਬ ਜੀ ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰਸੇ ਹਰ ਗੋਬਿੰਦ ਹਰਿ ਰਾਇ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਾਮ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਤਤ ਬੰਦਾ ਕਰੇ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਈ ਜਿਨਾ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤ੍ਰਿਐ ਜਿਤ ਕਿਤ ਜਿਤ ਕਾਈ ਕਰ ਮੰਗਲ ਦੇਤ ਬਧਾਈ ਮਿਲ ਗਾਵਤ ਸੁੰਦਰ ਗੀਤਾ ਜੇ ਆਨੰਦ ਬਧਾਵਤ ਚੀਤਾ ਤ੍ਰੈ ਜਿਤ ਕਿਤ ਜੇਤ ਕਾਈ ਕਰ ਮੰਗਲ ਦੇਤ ਬਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਯੋਗ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਪ੍ਰਗਟ ਗੁਰਾਂ ਕੀ ਦੇਹ ਪ੍ਰਤੱਖ ਹਾਰ ਸਬਦਾ ਅਵਤਾਰ ਧੰਨ ਧੰਨ ਆਦਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਰਮ ਪਵਿੱਤਰ ਸਤ ਸੰਗਤ ਹਜ਼ੂਰੀ ਦੇ ਅੰਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਪਰਮ ਪਵਿੱਤਰ ਤਪ ਅਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਜੀ ਵਿਖੇ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਦਰਸ਼ਨ ਦੀਦਾਰੇ ਕਰਕੇ ਮਹਾਰਾਜ ਦੇ ਹਜ਼ੂਰ ਹਾਜ਼ਰੀਆਂ ਭਰ ਰਹੇ ਸਤਿਗੁਰੂ ਜੀ ਦੇ ਪਾਵਨ ਅਸਥਾਨਾਂ 'ਤੇ ਵੱਖ ਵੱਖ ਥਾਵਾਂ 'ਤੇ ਸੇਵਾ ਕਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਜੀ ਨੇ ਸਾਡੇ 'ਤੇ ਬਖਸ਼ਿਸ਼ ਕਰਕੇ ਤਰਸ ਕਰਕੇ
ਇਸ ਵਿਪਤਾ ਅਤੇ ਡਰ ਭੈ ਬਿਮਾਰੀ ਦੇ ਸਮੇਂ ਦੇ ਵਿੱਚ ਵੀ ਆਪਣੇ ਚਰਨਾਂ ਵਿੱਚ ਬੈਠਣ ਦਾ ਸਾਨੂੰ ਸਮਾਂ ਬਖਸ਼ਿਆ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ, ਜੋ ਚੱਲ ਰਹੇ ਲੜੀਵਾਰ ਗੁਰ ਇਤਿਹਾਸ ਦੇ ਪ੍ਰਸੰਗ, ਜਿਨ੍ਹਾਂ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਦੇ ਸਮੇਂ ਦੀ ਕਥਾ ਆਪਾਂ ਸਰਵਣ ਕਰ ਰਹੇ ਹਾਂ। ਪਿਛਲੇ ਸਮੇਂ 'ਚ ਆਪ ਸੰਗਤ ਜੀ ਨੇ ਸਾਖੀ ਸਰਵਣ ਕੀਤੀ ਹੈ ਵੀ ਬਾਬਾ ਬਿਧੀ ਚੰਦ ਜੀ ਨੇ ਮਾਤਾ ਨਾਨਕੀ ਜੀ ਦੇ ਪੁੱਛਣ 'ਤੇ ਆਪਣਾ ਜੀਵਨ ਪਿਛਲਾ ਜਿਹੜਾ ਸੀ ਉਹ ਦੱਸਿਆ ਹੈ, ਅਤੇ ਜਿਵੇਂ ਆਖਰੀ ਅਰਾਂ ਪਰ ਉਪਕਾਰ ਹਿੱਤ ਚੋਰੀ ਕੀਤੀ ਕਿ ਵੀ ਕਿਸੇ ਉਹ ਸ਼ਾਹੂਕਾਰ ਦੇ ਘਰੋਂ ਜਦੋਂ ਸੌਂ ਗਏ ਪਤੀ ਪਤਨੀ ਤਾਂ ਸੰਦੂਕ ਦੇ ਵਿੱਚ ਹੱਥ ਮਾਰ ਕੇ ਵੇਖਿਆ ਅਤੇ ਇੱਕ ਥੈਲੀ ਧਨ ਦੀ ਮੇਰੇ ਹੱਥ ਲੱਗੀ ਅਤੇ ਉਹ ਲੈ ਕੇ ਛੇਤੀ ਨਾਲ ਮੈਂ ਆ ਕੇ ਜਿਹੜਾ ਗਰੀਬ ਜੇ ਸਨ ਦਰਿਦਰੀ ਵਿਚਾਰੇ ਉਹਨਾਂ ਨੂੰ ਬਾਬਾ ਬਿਧੀ ਚੰਦ ਜੀ ਨੇ ਕਿਹਾ ਵੀ ਮਾਤਾ ਜੀ ਮੈਂ ਉਠਾ ਕੇ ਧਨ ਦਿੱਤਾ, ਬੜੇ ਖੁਸ਼ ਹੋਏ। ਗੁਰੂ ਅਰਜਨ ਦੇਵ ਸਾਹਿਬ ਨੂੰ ਦੱਸਿਆ, ਮਹਾਰਾਜ ਨੇ ਸਿਰ 'ਤੇ ਹੱਥ ਰੱਖਿਆ ਅਤੇ ਕਹਿੰਦੇ ਬਿਧੀ ਚੰਦ ਤੇਰਾ ਚੋਰੀ ਦਾ ਜਿਹੜਾ ਲੇਖ ਹੈ ਨਾ ਇਹ ਹੁਣ ਮਿਟ ਗਿਆ ਹੈ। ਇਵੇਂ ਮਹਾਰਾਜ ਨੇ ਮੇਰੇ 'ਤੇ ਬਖਸ਼ਿਸ਼ਾਂ ਕੀਤੀਆਂ ਵੀ ਤੇਰਾ ਲੋਕ ਪਰਲੋਕ ਸਵਰ ਜਾਵੇਗਾ। ਇਹ ਪ੍ਰਸੰਗ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਮਾਤਾ ਜੀ ਨੂੰ ਸੁਣਾਏ, ਸ਼ਾਬਾਸ਼ ਸ਼ਾਬਾਸ਼ ਕਿਹਾ ਵੀ ਬਿਧੀ ਚੰਦ ਸ਼ਾਬਾਸ਼ ਹੈ ਭਾਈ। ਅਤੇ ਇੱਕ ਗੁਰੂ ਕਾ ਸਿੱਖ ਜਿਹਦਾ ਨਾਮ ਸੀ ਬਾਲੂ, ਇਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜਿੱਥੇ ਜਾਂਦੇ ਘੋੜੇ ਦੇ ਅੱਗੇ ਅੱਗੇ ਨੱਸ ਕੇ ਜਾਂਦਾ ਹੁੰਦਾ ਸੀ ਅਤੇ ਫਿਰ ਅੱਗੋਂ ਮਹਾਰਾਜ ਵੱਲ ਨੂੰ ਵੇਖ ਕੇ ਖੁਸ਼ ਹੋਣਾ ਅਤੇ ਹੱਸੀ ਜਾਣਾ। ਜੇ ਗੁਰੂ ਹਰਗੋਬਿੰਦ ਸਾਹਿਬ ਨੇ ਬੈਠਣਾ ਅਤੇ ਸਾਹਮਣੇ ਬਹਿ ਕੇ ਵੇਖ ਕੇ ਖੁਸ਼ ਹੋਣਾ ਅਤੇ ਹੱਸੀ ਜਾਣਾ, ਇੱਦਾਂ ਦਾ ਇਹਦਾ ਜੀਵਨ ਸੀ। ਮਹਾਰਾਜ ਨੇ ਇਹਦਾ ਨਾਮ ਹੀ ਬਾਲੂ ਹੱਸਣਾ ਰੱਖ ਦਿੱਤਾ, ਕਹਿੰਦੇ ਵੀ ਤੇਰਾ ਨਾਂ ਹੀ ਬਾਲੂ ਹੱਸਣਾ ਹੈ ਅਤੇ ਸ੍ਰੀ ਗੁਰਦਿੱਤਾ ਜੀ ਦੇ ਨਾਲ ਰਿਹਾ ਕਰ। ਹੁਣ ਇਵੇਂ ਗੁਰਦਿੱਤਾ ਜੀ ਦੇ ਨਾਲ ਬਾਹਰ ਜਾਣ ਲੱਗ ਪਿਆ। ਇੱਕ ਦਿਨ ਸ਼ਿਕਾਰ ਖੇਡਣ ਗਏ, ਅੱਗੋਂ ਦੀ ਇੱਕ ਜੰਗਲੀ ਸੂਰ ਜਿਹਾ ਲੰਘਾ, ਬਾਬਾ ਗੁਰਦਿੱਤਾ ਜੀ ਨੇ ਉਹਦੇ ਮਗਰ ਘੋੜਾ ਭਜਾ ਲਿਆ। ਬਾਕੀ ਸਾਰੇ ਤਾਂ ਹਾਰ ਹੰਬ ਗਏ, ਇੰਨੀ ਦੂਰ ਤੋਂ ਹੀ ਨਿਕਲ ਗਏ ਵੀ ਸਾਥੀ ਵੀ ਰਾਹ 'ਚ ਹੀ ਰੁਕ ਗਏ। ਇੱਕ ਬਾਬਾ ਗੁਰਦਿੱਤਾ ਜੀ ਜਿੱਥੇ ਪਹੁੰਚੇ ਸਨ ਉੱਥੇ ਦੂਸਰਾ ਭਾਈ ਬਾਲੂ ਹੱਸਣਾ, ਉਹ ਸਿੱਖ ਪਹੁੰਚਾ ਸੀ। ਉਹਦਾ ਵੇਖ ਕਰਕੇ ਕਰਤਵ ਸੇਵਾ ਦਾ ਜੋ ਸ਼੍ਰੀ ਚੰਦ ਜੀ ਦੇ ਕੋਲੋਂ ਸਾਧ ਸੰਗਤ ਗੱਦੀ ਮਿਲੀ ਸੀ ਬਾਬਾ ਗੁਰਦਿੱਤਾ ਜੀ ਨੂੰ, ਉਹ ਬਾਲੂ ਹੱਸਣਾ ਜੀ ਨੂੰ ਦੇ ਦਿੱਤੀ, ਸਾਰੀਆਂ ਸ਼ਕਤੀਆਂ ਦੇ ਦਿੱਤੀਆਂ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆ ਕੇ ਦੱਸਿਆ ਕਰਤਾਰਪੁਰ ਮਹਾਰਾਜ ਅੱਜ ਇੱਦਾਂ ਇਹਨੇ ਕੀਤਾ ਵੀ ਹੋਰ ਕੋਈ ਸਿੱਖ ਨਾਲ ਨਹੀਂ ਪਹੁੰਚਿਆ, ਉੱਥੋਂ ਤਾਂ ਇਹ ਤੁਰ ਕੇ ਦੌੜ ਕੇ ਪਹੁੰਚ ਗਿਆ ਅਤੇ ਇਹਨੂੰ ਅਸੀਂ ਆਪਣੀ ਗੱਦੀ ਦੇ ਦਿੱਤੀ ਹੈ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਬਹੁਤ ਚੰਗਾ ਕੀਤਾ ਹੈ ਗੁਰਦਿੱਤਾ ਜੀ। ਸਤਿਗੁਰਾਂ ਕਿਹਾ ਵੀ ਹੁਣ ਤੂੰ ਇੱਥੇ ਹੀ ਬੈਠ ਜਾ ਬਸ ਇੱਕ ਥਾਂ 'ਤੇ, ਸੇਵਾ ਤੇਰੀ ਭਾਈ ਬਾਲੂ ਹੱਸਣਾ ਪ੍ਰਵਾਨ ਹੋਈ, ਹੁਣ ਤੂੰ ਬੰਦਗੀ ਕਰਿਆ ਕਰ। ਫਿਰ ਉਸ ਦਿਨ ਤੋਂ ਮਹਾਰਾਜ ਦੇ ਦਰ 'ਤੇ ਬੈਠ ਕੇ ਅਤੇ ਬੰਦਗੀ ਕਰਦਾ ਰਹਿੰਦਾ ਏ, ਕਿਧਰੇ ਬਾਹਰ ਨਹੀਂ ਹੁਣ ਜਾਂਦਾ ਕਿਉਂਕਿ ਸਤਿਗੁਰਾਂ ਕਿਹਾ ਵੀ ਤੈਨੂੰ ਹੁਣ ਘੋੜਿਆਂ ਦੇ ਅੱਗੇ ਪਿੱਛੇ ਦੌੜਨ ਦੀ ਲੋੜ ਨਹੀਂ ਹੈ। ਬੰਦਗੀ ਕਰਦਾ ਰਿਹਾ, ਖੁਸ਼ੀਆਂ ਲਈਆਂ ਮਹਾਰਾਜ ਦੀਆਂ। ਪੈਂਦੇ ਖਾਂ ਆਇਆ ਦੀਵਾਨ ਸੱਜੇ 'ਚ, ਸਤਿਗੁਰੂ ਪੁੱਤਰ ਪੈਦਾ ਹੋਇਆ ਨਾਮ ਰੱਖੋ, ਸਤਿਗੁਰਾਂ ਨਾਮ ਸੈਦੇ ਖਾਨ ਰੱਖਤਾ। ਨਾਲ ਹੀ ਕਿਹਾ ਵੀ ਤੇਰੇ ਪੁੱਤਰ ਦੇ ਘਰ ਜਿਹੜਾ ਪੁੱਤਰ ਹੋਵੇਗਾ ਉਹ ਸਾਡੇ ਕੋਲ ਪਲਟਾ ਜਿਹਾ ਬਦਲਾ ਜਿਹਾ ਲੈਣ ਦਾ ਯਤਨ ਜਿਹਾ ਕਰੇਗਾ। ਉਹ ਕਲਗੀਧਰ ਸਾਹਿਬ ਦਸਵੇਂ ਸਰੂਪ ਵੱਲ ਇਸ਼ਾਰਾ ਕੀਤਾ ਜੋ ਹਜ਼ੂਰ ਸਾਹਿਬ ਖੇਡ ਵਰਤੀ ਸੀ, ਜੋ ਗੁਲ ਖਾਂ ਦੇ ਮਹਾਰਾਜ ਦੇ ਜਾ ਕੇ ਅਤੇ
ਖੰਜਰ ਵਿਸ਼ਰਾਮ ਕਰਦਿਆਂ ਦੇ ਮਾਰਿਆ, ਪਰ ਸਤਿਗੁਰਾਂ ਹੱਥੋਂ ਮਾਰਿਆ ਗਿਆ ਸੀ। ਉੱਧਰ ਇਸ਼ਾਰਾ ਕੀਤਾ, ਪੈਂਦੇ ਖਾਂ ਨੇ ਪੁੱਛਿਆ, ਸੰਗਤ ਹੈਰਾਨ ਹੋਈ, ਮਹਾਰਾਜ ਇਹ ਕੈਸਾ ਵਚਨ ਕਰ ਰਹੇ ਹੈ? ਅਤੇ ਸਤਿਗੁਰੂ ਕਹਿੰਦੇ, ਜਦੋਂ ਹੋਊਗਾ ਪੈਂਦੇ ਖਾਨ ਆਪੇ ਹੀ ਪਤਾ ਲੱਗ ਜੂਗਾ। ਇਵੇਂ ਪੈਂਦੇ ਖਾਨ ਮਹਾਰਾਜ ਸਾਹਿਬ ਦੇ ਵਚਨ ਸੁਣ ਕੇ ਬੜਾ ਹੈਰਾਨ ਹੋਇਆ। ਸਮਾਂ ਲੰਘਦਾ ਗਿਆ, ਇਹਦੇ ਪੁੱਤਰੀ ਧੀ ਸੀ ਵੱਡੀ, ਆਪਣੀ ਧੀ ਦੇ ਵਾਸਤੇ ਯੋਗ ਵਰ ਵੇਖ ਕੇ ਅਸਮਾਨ ਖਾਨ ਦੇ ਨਾਲ ਨਾਤਾ ਕੀਤਾ ਅਤੇ ਉਹਨੂੰ ਘਰ ਜਵਾਈ ਬਣਾ ਲਿਆ। ਜਿਹੜੀ ਗੁਰੂ ਘਰੋਂ ਚੀਜ਼ ਖੜਦੇ ਆ ਉਹਨੂੰ ਭੇਟਾ ਕਰ ਦਿੰਦੇ ਆ। ਇਸੇ ਸਮੇਂ 'ਚ ਜਦੋਂ ਮਹਾਰਾਜ ਕਰਤਾਰਪੁਰ ਸਾਹਿਬ ਬਿਰਾਜਮਾਨ ਨੇ, ਅਤੇ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਜੋ ਸਹੁਰਾ ਪਰਿਵਾਰ ਹੈ, ਲਾਲ ਚੰਦ, ਬਿਸ਼ਨ ਕੌਰ, ਆਪਸ ਵਿੱਚ ਉਹਨਾਂ ਵਿਚਾਰ ਕੀਤੀ ਵੀ ਆ ਮਾਘ ਮਹੀਨਾ ਆ ਗਿਆ, ਇਹਦੇ ਫੱਗਣ ਆਉਣ ਵਾਲਾ ਏ, ਅਤੇ ਮੈਂ ਸੋਚਦਾ ਵੀ ਆਪਣੀ ਬੱਚੀ ਜਿਹੜੀ ਹੈ ਇਹ ਗੁਰੂ ਘਰ ਵਿੱਚ ਵਿਆਹ ਦੀ ਇਹ ਸੇਵਾ ਵਾਸਤੇ ਹਾਜ਼ਰ ਹੋਵੇ, ਆਪਣੀ ਧੀ ਗੁਜਰੀ ਦਾ ਡੋਲਾ ਤੋਰੀਏ। ਦੋਵਾਂ ਦੀ ਸਹਿਮਤੀ ਦੇ ਨਾਲ ਵਿਆਹ ਦਾ ਦਿਨ ਮਿਸ ਕਰਕੇ ਬ੍ਰਾਹਮਣ ਨੂੰ ਚਿੱਠੀ ਦੇ ਕੇ, ਸਾਹੇ ਚਿੱਠੀ ਦੇ ਕੇ ਗੁਰੂ ਹਰਗੋਬਿੰਦ ਸਾਹਿਬ ਕੋ ਭੇਜਿਆ, ਸਤਿਗੁਰਾਂ ਸਨਮਾਨ ਕੀਤਾ ਅਤੇ ਖਬਰ ਜਿਹੜੀ ਹੈ ਉਹ ਮਹਿਲਾਂ ਵਿੱਚ ਪਹੁੰਚਾ ਦਿੱਤੀ ਵੀ ਸ਼੍ਰੀ ਤੇਗ ਬਹਾਦਰ ਸਾਹਿਬ ਉਹਨਾਂ ਦੇ ਵਿਆਹ ਦਾ ਦਿਨ ਜਿਹੜਾ ਉਹ ਨਿਯਤ ਹੋ ਗਿਆ ਹੈ। ਖੁਸ਼ੀਆਂ ਮਨਾਈਆਂ ਸਭ ਨੇ, ਸਭ ਰਿਸ਼ਤੇਦਾਰ ਭੱਲਿਆਂ ਦੀ ਕੁੱਲ, ਤ੍ਰੇਹਣ ਕੁੱਲ, ਗੋਂਦਵਾਲ ਸਾਹਿਬ ਤੋਂ, ਖੜੂਰ ਸਾਹਿਬ ਤੋਂ, ਬਟਾਲੇ ਤੋਂ, ਅੰਮ੍ਰਿਤਸਰ ਸਾਹਿਬ ਤੋਂ, ਮੱਲੇ ਨਗਰ ਤੋਂ, ਜਿੱਥੋਂ ਕਿੱਥੋਂ ਵੀ ਸਾਰੇ ਮੰਡਿਆਲੀ ਨਗਰ ਤੋਂ ਸਾਕ ਸੰਬੰਧੀ ਪਹੁੰਚ ਗਏ ਨੇ, ਕਰਤਾਰਪੁਰ ਘਰੇ ਗਏ ਨੇ। ਮਾਤਾ ਨਾਨਕੀ ਜੀ ਨੇ ਸਾਰਿਆਂ ਦਾ ਸਨਮਾਨ ਕੀਤਾ ਹੈ, ਮਿਠਾਸ ਦੇ ਬਚਨਾਂ ਦੇ ਨਾਲ ਅਦਬ ਸਤਿਕਾਰ ਨਾਲ ਜਿਉਂ ਆਇਆ ਆਖਿਆ ਏ। ਇਵੇਂ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਦੇ ਵਿਆਹ ਦੇ ਸਮਾਗਮ ਸੰਪੰਨ ਹੁੰਦੇ ਨੇ, ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ, ਇਹ ਸਾਰੇ ਇਤਿਹਾਸ ਦੇ ਪ੍ਰਸੰਗ ਆਪਾਂ ਅੱਜ ਸਰਵਣ ਕਰਾਂਗੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਕਮਲਾਂ ਦਾ ਧਿਆਨ ਧਾਰੀਏ, ਰਸਨਾ ਕਰੋ ਪਵਿੱਤਰ, ਸਾਰੀ ਸੰਗਤ ਹੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤ੍ਰਿਐ ਜਿਤ ਕਿਤ ਜੇਤਕ ਆਈ। ਸੋ ਸਤ ਸੰਗਤ ਜੀ, ਇਸ ਪ੍ਰਕਾਰ ਦੇ ਨਾਲ ਜਦੋਂ ਸਾਰਿਆਂ ਨੂੰ ਨੇਂਦੜੇ ਭੇਜ ਦਿੱਤੇ, ਸੱਦੇ ਭੇਜ ਦਿੱਤੇ ਵਿਆਹ ਦੇ, ਅਤੇ ਕਹਿੰਦੇ ਜਿੱਥੋਂ ਕਿੱਥੋਂ ਵੀ ਰਿਸ਼ਤੇਦਾਰ ਸਾਰੇ ਆਏ ਨੇ, ਉੱਧਰੋਂ ਜੋਧ ਰਾਏ ਵੀ ਆਪਣੀ ਇਸਤਰੀ ਪਰਿਵਾਰ ਫੌਜ ਦੇ ਸਮੇਤ ਪਹੁੰਚਾ ਹੈ, ਜਿੱਥੋਂ ਕਿੱਥੋਂ ਸੰਬੰਧੀ ਮਾਈਆਂ ਬੀਬੀਆਂ ਪਹੁੰਚੀਆਂ ਹਨ, ਕਰ ਮੰਗਲ ਦੇ ਵਧਾਈ। ਆਂਢ ਗੁਆਂਢ ਤੋਂ ਵੀ, ਨਗਰ ਤੋਂ ਵੀ ਮਾਈਆਂ ਇਕੱਠੀਆਂ ਹੋ ਗਈਆਂ। ਜਦੋਂ ਪਤਾ ਲੱਗਾ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਛੋਟੇ ਸਾਹਿਬਜ਼ਾਦੇ, ਸਭ ਤੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਵਿਆਹ ਦਾ ਜਿਹੜਾ ਹੈ ਉਹ ਦਿਨ ਨਿਯਤ ਹੋ ਗਿਆ ਏ, ਅਤੇ ਸਾਹਿਬ ਚਿੱਠੀ ਆ ਗਈ ਹੈ। ਜੇ ਸਾਧ ਸੰਗਤ ਸਾਰਿਆਂ ਨੇ ਫਿਰ ਬਹੁਤ ਵਧਾਈਆਂ ਦਿੱਤੀਆਂ ਮਾਤਾ ਨਾਨਕੀ ਜੀ ਨੂੰ, ਮਰਵਾਹੀ ਜੀ ਨੂੰ ਆ ਕੇ ਮਿਲ ਗਾਵਤ ਸੁੰਦਰ ਗੀਤਾ। ਆਪਸ ਵਿੱਚ ਮਿਲ ਕੇ ਬੜੇ ਸੁੰਦਰ ਸੁਹਾਗ ਦੇ ਵਿਆਹ ਦੇ ਸਮੇਂ ਦੇ ਜੋ ਮਾਈਆਂ ਗੀਤ ਗਾਉਂਦੀਆਂ ਨੇ, ਮਿਲ ਕੇ ਗਾ ਰਹੀਆਂ ਹਨ। ਜੇ ਆਨੰਦ ਵਧਾਵਤ ਚੀਤਾ, ਜਿਹਨੂੰ ਸੁਣ ਕੇ ਤੇ ਚਿੱਤ ਦੇ ਵਿੱਚ ਬਹੁਤਾ ਆਨੰਦ ਖੇੜਾ ਵੱਧਦਾ ਹੈ, ਖੁਸ਼ੀ ਵੱਧਦੀ ਹੈ। ਘਰ ਕੋ ਦੇਖ ਸਮਾਜਾ, ਜਿੰਨੇ ਵੀ ਰਿਸ਼ਤੇਦਾਰ ਸਗੇ ਸੰਬੰਧੀ ਆਏ ਨੇ,
ਜਦੋਂ ਉਹਨਾਂ ਨੇ ਵੇਖਿਆ ਵੀ ਗੁਰੂ ਘਰ ਦਾ ਜੋ ਸਾਜੋ ਸਮਾਨ, ਜੋ ਮਹਾਰਾਜ ਸਾਹਿਬ ਜੀ ਦੇ ਘਰ ਵਿੱਚ ਜਾਹੋ ਜਲਾਲ ਹੈ, ਇਹ ਵੇਖ ਕਰਕੇ ਜਮਦੇਸ਼ਨ ਪਤ ਮਹਾਰਾਜਾ ਕੀ ਵੇਖਦੇ ਨੇ ਵੀ ਏਦਾਂ ਹੈ ਗੁਰੂ ਸਾਹਿਬ ਦੇ ਘਰ ਦੀ ਸੋਭਾ ਵੀ ਜਿਵੇਂ ਬਹੁਤਿਆਂ ਦੇਸ਼ਾਂ ਦਾ ਕੋਈ ਪਤੀ ਮਹਾਰਾਜਾ ਹੋਵੇ, ਇਸ ਤਰ੍ਹਾਂ ਹਨ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ। ਸਨਬੰਦੀ ਸਰਬਸਰਾ ਹੈ ਬਾਬੇ ਸਤ ਸੰਗਤ ਗੁਰੂ ਅਮਰਦਾਸ ਸਾਹਿਬ ਜੀ ਦੀ ਬੰਸ਼ ਅਤੇ ਫਿਰ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਅੰਸ਼ ਬੰਸ਼, ਹੋਰ ਵੀ ਜਿੰਨੇ ਸੰਬੰਧੀ ਰਿਸ਼ਤੇਦਾਰ ਇਕੱਠੇ ਹੋਏ ਨੇ ਨਾ, ਮੇਲ ਮਿਲਾਪ ਹੋਇਆ ਹੈ ਵਿਆਹ ਦੇ ਬਹਾਨੇ ਨਾਲ, ਆਪਸ ਵਿੱਚ ਵਚਨ ਬਿਲਾਸ ਕਰਦੇ ਅਤੇ ਸਾਰੇ ਸੰਬੰਧੀ ਮਿਲ ਮਿਲ ਕੇ ਬਹੁਤ ਸਿਫਤ ਕਰਦੇ, ਸਲਾਹਾਂ ਕਰਦੇ ਨੇ ਵੀ ਮਹਾਰਾਜ ਸਾਹਿਬ ਜੀ ਪਾਤਸ਼ਾਹ ਵਾਲਾ ਪ੍ਰਤਾਪ ਹੈ ਗੁਰੂ ਦੇ ਘਰ ਦਾ, ਪ੍ਰਤਾਪ ਮਹਾ ਹੈ ਵੀ ਇਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਤਾਪ ਬਹੁਤ ਜ਼ਿਆਦਾ ਪ੍ਰਗਟ ਹੋ ਗਿਆ ਸਭ ਥਾਵਾਂ ਤੇ। ਰਣ ਕਰਤੇ ਸ਼ਾਹੋ ਹਰਾਇਓ, ਹਰ ਇੱਕ ਨੂੰ ਇਹ ਗੱਲ ਪਤਾ ਲੱਗ ਗਈ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੰਗ ਕਰਦਿਆਂ ਸ਼ਾਹਜਹਾਨ ਦੀ ਫੌਜ ਨੂੰ ਹਰਾ ਦਿੱਤਾ ਹੈ, ਪਾਛੇ ਨਹੀਂ ਹਟਾਇਓ, ਐਸੀ ਸੂਰਮਤਾਈ ਦੇ ਨਾਲ ਯੁੱਧ ਕੀਤਾ ਵੀ ਪੈਰ ਪਿਛਾਂਹ ਨਹੀਂ ਕੀਤਾ। ਜਿਹੜਾ ਸੂਰਮਿਆਂ ਦਾ ਧਰਮ ਹੁੰਦਾ ਵੀ ਅੱਗੇ ਨੂੰ ਪੈਰ ਚਲਿਆ ਜਾਊਗਾ, ਸ਼ਹੀਦੀ ਤਾਂ ਹੋ ਜਾਵੇਗੀ ਪਰ ਪੈਰ ਪਿਛਾਂਹ ਨਹੀਂ ਹਟਾਉਂਦੇ। ਐਵੇਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਪਹਿਲਾਂ ਤਾਂ ਕਿਹਾ ਨਹੀਂ ਕਿਸੇ ਨੂੰ ਕੁਝ, ਜੇ ਚੜ੍ਹ ਕੇ ਆ ਗਿਆ ਤੇ ਫਿਰ ਪਿੱਛੇ ਪੈਰ ਨਹੀਂ ਸਤਿਗੁਰਾਂ ਨੇ ਪਾਇਆ। ਜਗ ਮੈਂ ਕੋਈ, ਸੋ ਇਹਨਾਂ ਵਰਗਾ ਜਗਤ ਵਿੱਚ ਜੰਗ ਕਰਨ ਦੇ ਲਈ ਮਹਾਰਾਜ ਸਾਹਿਬ ਜੀ ਜਿੰਨੇ ਵੀ ਸੰਬੰਧੀ ਨੇ ਨਾ ਰਿਸ਼ਤੇਦਾਰ, ਉਹ ਕਹਿੰਦੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਵਰਗਾ ਹੋਰ ਕੋਈ ਨਹੀਂ ਹੈ ਸਮਰੱਥ, ਸੰਗ ਜੰਗ ਚਾਹੇ ਜੋਈ, ਵੀ ਜਿਹੜਾ ਇਹਨਾਂ ਦੇ ਨਾਲ ਜੰਗ ਕਰਨਾ ਚਾਹੇ ਇਹਨਾਂ ਦੀ ਬਰਾਬਰੀ ਨਹੀਂ ਕੋਈ ਕਰ ਸਕਦਾ। ਗੁਰੂ ਘਰ ਮਹਿ ਪੂਰਬ ਪੀਰੇ, ਗੁਰੂ ਘਰ ਵਿੱਚ ਜਿਵੇਂ ਵਚਨ ਬਿਲਾਸ ਕਰਦੇ ਸਭ ਰਿਸ਼ਤੇਦਾਰ ਭੱਲੇ ਤ੍ਰੇਹਣ ਬੇਦੀ ਆ ਕੇ ਵੀ ਗੁਰੂ ਘਰ ਵਿੱਚ ਤਾਂ ਪਹਿਲਾਂ ਵੇਖੋ ਵੀ ਪੀਰੀ ਜੋ ਸੰਤ ਪੁਣਾ ਸੀ ਉਹ ਤਾਂ ਗੁਰੂ ਨਾਨਕ ਦੇਵ ਸਾਹਿਬ ਦੇ ਵੇਲੇ ਤੋਂ ਪਹਿਲਾਂ ਚੱਲਦਾ ਹੀ ਆ ਰਿਹਾ ਸੀ। ਹੁਣ ਗੁਰੂ ਹਰਗੋਬਿੰਦ ਸਾਹਿਬ ਪੀਰੀ ਵਿੱਚ ਤਾਂ ਸੰਤ ਪੁਣੇ ਵਿੱਚ ਤਾਂ ਵਰਤਦੇ ਹੀ ਨੇ, ਇਹਨਾਂ ਨੇ ਪਾਤਸ਼ਾਹਾਂ ਦੀ ਪਾਤਸ਼ਾਹੀ ਵੀ ਜਿਹੜੀ ਹੈ ਨਾ ਮੀਰੀ ਵੀ ਗੁਰੂ ਘਰ ਦੇ ਵਿੱਚ ਲੈ ਆਉਂਦੀ ਹੈ। ਇਹਨਾਂ ਦਾ ਤੇਜ ਪ੍ਰਤਾਪ ਸ੍ਰੇਸ਼ਟ ਜਸ ਸਾਰੇ ਜਗਤ ਵਿੱਚ ਫੈਲ ਗਿਆ ਹੈ। ਸਮਰਾਜਨ ਐਸ਼ਵਰਜ ਪਾਇਓ, ਜਿਵੇਂ ਰਾਜੇ ਰਹਿੰਦੇ ਨੇ ਨਾ ਐਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹਾਂ ਦੇ ਵਾਂਗ ਵਿਚਰਦੇ ਨੇ ਸ਼ਸਤਰ ਧਾਰੀ ਹੋ ਕਰਕੇ। ਇਤਿਹਾਸਕ ਮੇਲ ਮੇਲ ਪੱਖ ਹੈ, ਇਸ ਤਰ੍ਹਾਂ ਜਿਹੜੇ ਵਿਆਹ ਆਏ ਨੇ ਨਾ ਕਰਤਾਰਪੁਰ, ਸਾਰੇ ਹੀ ਸੰਬੰਧੀ ਮਿਲ ਮਿਲ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਬਚਨ ਚੱਲਦੇ ਹੈ, ਵੇਖਦੇ ਨੇ ਗੁਰੂ ਸਾਹਿਬ ਦੇ ਦਰ ਤੇ ਘੋੜੇ ਵੱਜੇ ਨੇ, ਸੂਰਮੇ ਵੇਖਦੇ ਨੇ ਸੂਰਮਿਆਂ ਦੇ ਕਰਤਵ ਦੇਖਦੇ ਨੇ, ਸਤਿਗੁਰਾਂ ਦੇ ਦਰਸ਼ਨ ਕਰਦੇ ਨੇ, ਤਾਂ ਮਿਲ ਮਿਲ ਕੇ ਮਹਾਰਾਜ ਸਾਹਿਬ ਜੀ ਦੀ ਸਿਫਤ ਦੇ ਬਚਨ ਕਰਦੇ ਹਨ। ਰਣ ਗਾਥ ਬੂਜ ਅਬ ਲਖੈ, ਫਿਰ ਸਾਰੇ ਜਿੰਨੇ ਵੀ ਆਏ ਹਰ ਇੱਕ ਦੇ ਮਨ ਵਿੱਚ ਭਾਵੇਂ ਉਹ ਪਤਾ ਹੀ ਹੈ ਵੀ ਜੰਗ ਇੱਦਾਂ ਹੋਇਆ, ਫਿਰ ਵੀ ਗੁਰੂ ਸਾਹਿਬ ਕੋਲੋਂ ਸੁਣਨ ਦੀ ਭਲਾਖ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਕੋਲੋਂ ਜੰਗ ਦੀ ਕਥਾ ਪੁੱਛੀਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕੋਲ ਦੀਵਾਨ ਸਜਦਾ ਤੇ ਬਹੁਤ ਹੀ ਸਭਾ ਲੱਗ ਜਾਂਦੀ ਹੈ। ਆਨੰਦ ਨਾਲਾ, ਜਿਹੜੇ ਵੀ ਆਉਂਦੇ ਨੇ ਗੁਰੂ ਮਹਾਰਾਜ ਦੇ ਹਜ਼ੂਰ
ਆਨੰਦ ਦੇ ਨਾਲ ਬੈਠਦੇ ਨੇ। ਪਤਾ ਹੀ ਨਹੀਂ ਲੱਗਦਾ ਵੀ ਸਮਾਂ ਕਦੋਂ ਹਜ਼ੂਰ ਸਤਿਗੁਰਾਂ ਦੇ ਦਰਸ਼ਨ ਕਰਦੇ ਆ, ਬਚਨ ਸੁਣਦੇ ਆ ਲੰਘ ਜਾਂਦਾ ਏ। ਤੇ ਇਧਰ ਕਹਿੰਦੇ ਵੀ ਗੁਰੂ ਸਾਹਿਬ ਦੇ ਹਜ਼ੂਰ ਜੋ ਲੰਗਰ ਸਜਦੇ ਨੇ ਗੁਰੂ ਦੀ ਆਗਿਆ ਨਾਲ, ਸਵਾਦਲੇ ਬੜੇ ਰਸਦਾਈ ਪਕਵਾਨ ਭੋਜਨ ਤਿਆਰ ਹੁੰਦੇ ਨੇ। ਖੱਟ ਰਸ ਕੇ ਅਨੇਕ ਪ੍ਰਕਾਰ, ਛੇ ਰਸ ਕਹੇ ਨੇ ਸਵਾਦ ਵਾਲਿਆਂ ਨੇ ਵੀ ਛੇ ਤਰ੍ਹਾਂ ਦੇ ਰਸ ਹੁੰਦੇ ਨੇ, ਉਹ ਤੋਂ ਅੱਗੇ 36 ਤਰ੍ਹਾਂ ਦੇ ਭੋਜਨ ਹੁੰਦੇ ਆ, ਹੁਣ ਤਾਂ 36 ਤੋਂ ਵੀ ਅੱਗੇ ਕਈ ਤਰ੍ਹਾਂ ਦੇ ਭੋਜਨ ਆ, ਪਰ ਮੁੱਖ 6 ਰਸ ਹੀ ਹੈ। ਵੀ ਜਿਵੇਂ ਖੱਟਾ ਹੋਣੇ, ਮਿੱਠੇ ਪਦਾਰਥ ਹੋਣੇ, ਲੂਣ ਵਾਲੇ ਹੋਣੇ, ਕਸੈਲੇ ਦੇ, ਅਤੇ ਇਸ ਤਰ੍ਹਾਂ ਅਸਲੂਣੇ ਲੂਣ ਤੋਂ ਬਗੈਰ, ਇੱਦਾਂ ਦੇ 6 ਤਰ੍ਹਾਂ ਦੇ ਸਾਧ ਸੰਗਤ ਰਸ ਮੰਨੇ ਹੈ। ਅਤੇ ਇਹ 6 ਤਰ੍ਹਾਂ ਦੇ ਜਿਹੜੇ ਰਸ ਹਨ ਗੁਰੂ ਮਹਾਰਾਜ ਦੇ ਲੰਗਰ ਦੇ ਵਿੱਚ ਇਹ ਭੋਜਨ ਤਿਆਰ ਹੁੰਦੇ ਹਨ। ਬਹੁ ਰਾਗ ਰੰਗ ਨਿਤ ਹੋਵੈ, ਤੇ ਬੜਾ ਹੀ ਰਾਗ ਪ੍ਰੇਮ ਦੇ ਨਾਲ ਰੰਗ ਆਨੰਦ ਦਾ ਸਮਾਂ ਬਣ ਗਿਆ ਹੈ, ਖੁਸ਼ੀਆਂ ਖੇੜੇ ਹੋ ਰਹੇ ਨੇ। ਨਿਜ ਧਨ ਮਾਨ ਮਿਲ ਜੋਵੈ, ਤੇ ਜਿੰਨੇ ਵੀ ਆਏ ਨੇ ਉਹ ਧਨ ਮੰਨਦੇ ਨੇ ਵੀ ਅਸੀਂ ਸਾਡੇ ਧਨ ਭਾਗ ਨੇ, ਅਤੇ ਜਿਹੜਾ ਗੁਰੂ ਦੇ ਵੀ ਇੱਥੇ ਦਰ 'ਤੇ ਸਾਨੂੰ ਇਹ ਵਿਆਹ ਵਿੱਚ ਸ਼ਾਮਿਲ ਹੋਣ ਦਾ, ਗੁਰੂ ਦੇ ਦਰਸ਼ਨ ਕਰਨ ਦਾ ਸਮਾਂ ਮਿਲਿਆ ਹੈ। ਮੰਗਤ ਜਨ ਸੁਣਿਆ ਵੈ, ਮੰਗਤਿਆਂ ਨੂੰ ਵੀ ਪਤਾ ਲੱਗ ਗਿਆ ਵੀ ਗੁਰੂ ਘਰ ਵਿੱਚ ਵਿਆਹ ਹੈ ਬਈ ਸਤਿਗੁਰਾਂ ਦੇ ਛੋਟੇ ਸਾਹਿਬਜ਼ਾਦੇ ਦਾ, ਅਤੇ ਉਹ ਮੰਗਤ ਜਨ ਜਿਹੜੇ ਹਨ ਉਹਨਾਂ ਨੂੰ ਵੀ ਪਤਾ ਹੈ ਵੀ ਵਿਆਹ ਦਾ ਹੀ ਇੱਕ ਹੁੰਦਾ ਵੀ ਇੱਥੋਂ ਕੁਝ ਮਿਲੂਗਾ, ਫਿਰ ਦੂਸਰਾ ਪਤਾ ਇਹ ਹੈ ਵੀ ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰੇ ਵਿਆਹ ਹੈ। ਪਹਿਲਾਂ ਵੀ ਬਾਬਾ ਸੂਰਜਮੱਲ ਨੂੰ ਇੱਥੇ ਕਰਤਾਰਪੁਰ ਹੀ ਵਿਆਹੁਣ ਆਏ ਸਨ ਅੰਮ੍ਰਿਤਸਰ ਸਾਹਿਬ ਤੋਂ ਮਹਾਰਾਜ, ਅਤੇ ਉਦੋਂ ਜਿਨ੍ਹਾਂ ਜਿਨ੍ਹਾਂ ਨੂੰ ਮਹਾਰਾਜ ਕੋਲ ਬਖਸ਼ਾਂ ਮਿਲੀਆਂ ਪਹਿਲਾਂ ਹੀ ਜਾਣਦੇ ਆ ਵੀ ਗੁਰੂ ਹਰਗੋਬਿੰਦ ਸਾਹਿਬ ਬਹੁਤਾ ਹੀ ਦਾਨ ਕਰਦੇ ਨੇ, ਉਹ ਮੰਗਤ ਜਣੇ ਆ ਕੇ ਗੁਰੂ ਸਾਹਿਬ ਜੀ ਦਾ ਜਸ ਕਰਦੇ ਨੇ, ਮੰਗਦੇ ਹਨ। ਤਨ ਧਨ ਬਸਨ ਬਹੁ ਪਾਵੈ, ਜਿਹੜਾ ਵੀ ਆਉਂਦਾ ਹੈ ਗੁਰੂ ਦੇ ਦਰ ਤੇ ਉਹਨੂੰ ਧਨ ਵੀ ਮਿਲਦਾ ਏ, ਧਾਨ ਅਨਾਜ ਕੋਈ ਰਸਤ ਬਸਤ ਜੇ ਚਾਹੀਦੀ ਹੋਵੇ, ਕੋਈ ਉਹ ਜਿਹੋ ਜਿਹੀ ਕੋਈ ਚੀਜ਼ ਮੰਗੇ, ਕੋਈ ਆਖੇ ਵੀ ਮਹਾਰਾਜ ਸਾਡੇ ਕੋਈ ਬਸਤਰ ਨਹੀਂ ਹੈ, ਉਹਨੂੰ ਬਸਤਰ ਸਭ ਕੁਝ ਗੁਰੂ ਹਰਗੋਬਿੰਦ ਸਾਹਿਬ ਜੀ ਦਵਾਉਂਦੇ ਹਨ। ਜਸ ਗਾਵਤ ਵਿਭਿੰਨ ਪ੍ਰਕਾਰ, ਤੇ ਇਸ ਤਰ੍ਹਾਂ ਅਨੇਕ ਹੀ ਪ੍ਰਕਾਰ ਜਿਨ੍ਹਾਂ ਜਿਨ੍ਹਾਂ ਨੂੰ ਵਸਤੂਆਂ ਪ੍ਰਾਪਤ ਹੋਈਆਂ ਉਹ ਮਹਾਰਾਜ ਜੀ ਦੇ ਜਸ ਦੇ ਤਾਈ ਗਾਉਂਦੇ ਨੇ। ਜੈ ਸਤਿਗੁਰ ਕਰਤ ਉਚਾਰੇ, ਸਤਿਗੁਰਾਂ ਦੀ ਸਦਾ ਹੀ ਜੈ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਦਾ ਹੀ ਫਤਿਹ ਹੈ, ਇਵੇਂ ਜੈ ਜੈਕਾਰ ਦੇ ਮਹਾਰਾਜ ਦੇ ਗੀਤ ਗਾਉਂਦੇ ਹਨ। ਦਿਨ ਇਸ ਬਿਦ ਜੇ ਤੱਕ ਬੀਤੇ, ਇਸ ਤਰ੍ਹਾਂ ਸਾਧ ਸੰਗਤ ਕਰਦੇ ਹਨ ਜੋ ਕੁਝ ਸਮਾਂ ਇਵੇਂ ਹੀ ਵਿਆਹ ਦੇ ਵਿੱਚ ਸੰਬੰਧੀਆਂ ਦੇ ਆਉਣ ਦੇ ਨਾਲ, ਕਿਉਂਕਿ ਕਈ ਕਈ ਦਿਨ ਪਹਿਲਾਂ ਹੀ ਪਹੁੰਚ ਜਾਂਦੇ ਹੁੰਦੇ ਸਨ ਰਿਸ਼ਤੇਦਾਰ, ਫਿਰ ਸਿੱਖ ਸੰਗਤਾਂ ਜੋ ਉਤਸ਼ਾਹ ਹੈ, ਮੰਗਤਨ ਜਨ ਆ ਰਹੇ ਨੇ। ਦਿਨ ਇਸ ਬਿਦ ਕੇਤਕ ਬੀਤੇ, ਕਈ ਦਿਨ ਇਸ ਪ੍ਰਕਾਰ ਦੇ ਨਾਲ ਜਦ ਲੰਘ ਗਏ, ਵਿਆਹ ਦੀ ਰੀਤ ਵਿਆਹ ਦੀ ਮਰਿਆਦਾ ਕਰਦਿਆਂ ਜਦੋਂ ਸਮਾਂ ਲੰਘ ਗਿਆ, ਉੱਚੀ ਬਾਜਤ ਬਾਜੇ, ਕਹਿੰਦੇ ਵੀ ਸਮਾਂ ਵਿਆਹ ਦਾ ਜਿਉਂ ਜਿਉਂ ਨੇੜੇ ਆ ਗਿਆ ਤੇ ਉੱਚੀ ਧੁਨੀ ਦੇ ਨਾਲ ਵਾਜੇ ਵੱਜਣ ਲੱਗ ਪਏ, ਸ਼ਹਿਨਾਈ ਮਿਰਦੰਗਨ ਸਾਜੇ, ਸ਼ਹਿਨਾਈਆਂ ਵੱਜਦੀਆਂ ਨੇ, ਮਿਰਦੰਗ ਸਾਜ ਜਿੰਨੇ ਵੀ ਹਨ ਇਹ ਵਜਾਉਂਦੇ ਨੇ, ਜਿਹਨੂੰ ਜਿਹਨੂੰ ਜਿਸ ਸਾਜ ਦੀ ਕਲਾ ਹੈ ਉਹ ਵਜਾਉਂਦਾ ਏ। ਢੋਲਕ ਢੋਲ ਵਜਾਵੈ, ਢੋਲੀ ਆ ਕਰਕੇ ਢੋਲ ਵਜਾਉਂਦੇ ਨੇ ਗੁਰੂ ਦੇ ਦਰ ਤੇ, ਦੁੰਦਬ ਨਾਦ ਉਠਾਵੈ, ਤੇ ਕਹਿੰਦੇ ਵੀ ਬੜ ਦੁੰਦਬ ਨਾਦ ਉਠਾਵੈ, ਨਗਾਰੇ ਵੱਜਦੇ ਨੇ, ਬੜੀ ਉੱਚੀ ਦੂਰ ਦੂਰ ਤੀਕਰ ਆਵਾਜ਼ ਚੱਲਦੀ ਹੈ, ਸੁਣਦੀ ਹੈ, ਡਬ ਮੁਰਲੀ ਚਾਂ
ਨਾਚ ਬਿਸਾਲਾ, ਡਫਾਂ ਵੱਜਦੀਆਂ ਨੇ ਮੁਰਲੀ ਬੌਂਸਰੀ ਝਾਂਜ ਖੜਤਾਲਾਂ, ਇਹ ਸਾਰੇ ਹੀ ਸਾਜਬਾਜ ਹੀ ਨੇ ਨਾ ਜਿਨ੍ਹਾਂ ਦੇ ਨਾਲ ਆਵਾਜ਼ ਆਉਂਦੀ ਹੈ ਖੁਸ਼ੀ ਨੂੰ ਉਜਹਾਰ ਕਰਨ ਦੇ ਲਈ। ਜਿੱਦਾਂ ਦੀ ਕਿਸੇ ਕੋਈ ਕਲਾ, ਕੋਈ ਖੜਤਾਲਾਂ ਵਜਾ ਰਿਹਾ ਹੈ, ਕੋਈ ਬੌਂਸਰੀਆਂ ਵਜਾ ਰਿਹਾ ਹੈ, ਕੋਈ ਡਫਾਂ ਵਜਾ ਰਿਹਾ ਏ, ਮਿਲ ਪਟੇ ਨਫੀਰੀ ਜਾਲਾ, ਤੇ ਨਗਾਰਾ ਜਿਵੇਂ ਹੁੰਦਾ ਨਾ, ਇਵੇਂ ਨਗਾਰੇ ਦੀਆਂ ਕਿਸਮਾਂ ਹੁੰਦੀਆਂ, ਜਿਵੇਂ ਇੱਕ ਤਾਂ ਲੱਕੜ ਦੀ ਸਾਧ ਸੰਗਤ ਚੋਬਾ ਨਾਲ ਨਗਾਰਾ, ਅਤੇ ਫਿਰ ਦੋਹਰੀ ਚੋਬ ਹੁੰਦੀ ਹੈ, ਫਿਰ ਕਈ ਉਹ ਹੁੰਦੇ ਬਣੇ ਨਹੀਂ ਜਿਨ੍ਹਾਂ ਦੇ ਉੱਤੇ ਲੋਹੇ ਜਿਹੇ ਦੇ ਮਾਰਦੇ ਹਨ ਜਿਵੇਂ ਬੈਂਡ ਵਾਲੇ ਵਜਾਉਂਦੇ ਨੇ, ਇਸ ਤਰ੍ਹਾਂ ਪਟੇ ਫਿਰ ਨਫੀਰੀ ਛੋਟੇ ਨਗਾਰੇ ਜਿੰਨੇ ਹਨ ਸਭ ਜਿੱਦਾਂ ਜਿੱਦਾਂ ਦਾ ਕਿਸੇ ਕੋਈ ਸਾਧਨ ਹੈ ਮਿਲ ਕੇ ਵਜਾਉਂਦੇ ਹਨ। ਨਿਤ ਨੌਬਤ ਦੁਆਰ ਅਗਾਰੀ, ਤੇ ਨੌਬਤ ਵੀ ਗੁਰੂ ਸਾਹਿਬ ਦੇ ਦਰ ਤੇ ਨੇਤੀ ਵੱਜਦੀ ਹੈ। ਸਭ ਕਰੇ ਕੁਲਾਹਲ ਭਾਰੀ, ਬੜਾ ਕੁਲਾਹਲ ਕੁਲਾਹਲ ਹੁੰਦਾ ਵੀ ਜਦੋਂ ਬਹੁਤੇ ਜਾਣੇ ਇੱਕ ਥਾਂ ਦੇ ਇਕੱਠੇ ਹੋ ਜਾਣ ਅਤੇ ਆਪਸ ਵਿੱਚ ਜਦੋਂ ਬਚਨ ਬਿਲਾਸ ਕਰਨ ਤਾਂ ਬੜੀ ਆਵਾਜ਼ ਦੂਰ ਤੋਂ ਸੁਣਦੀ ਹੈ। ਇਸ ਤਰ੍ਹਾਂ ਆਪਸ ਵਿੱਚ ਮਿਲ ਕੇ ਬਚਨ ਬਿਲਾਸ ਕਰਦੇ, ਖੁਸ਼ੀਆਂ ਦੀਆਂ ਗੱਲਾਂ ਕਰਦੇ ਨੇ, ਬਹੁਤ ਕੁਲਾਹਲ ਮਚਿਆ ਕਰਤਾਰਪੁਰ। ਤੇ ਕਈ ਤਮਾਸ਼ੇ ਵਿਖਾਉਣ ਵਾਲੇ ਵੀ ਹੁੰਦੇ ਨਾ, ਕਰਤਬ ਵਿਖਾਉਂਦੇ ਨੇ ਵੀ ਉਹ ਆਪਣੀ ਬਾਜੀਗਰੀ ਵਿਖਾਉਂਦੇ। ਇੱਕ ਤਾਂ ਹੁਣ ਤਮਾਸ਼ੇ ਜਿਵੇਂ ਇਹ ਨੰਗੇਜ ਜਿਹਾ ਇਹੋ ਜਿਹੇ ਨਹੀਂ, ਉਹ ਜਿਵੇਂ ਤਮਾਸ਼ੇ ਆਪੋ ਆਪਣੇ ਕਰਤਬ ਵਿਖਾਉਣੇ, ਜਿਵੇਂ ਰੱਸੀ 'ਤੇ ਤੁਰ ਜਾਣਾ ਜਾਂ ਬਾਜ਼ੀਆਂ ਮਾਰਨੀਆਂ, ਉੱਚੇ ਉੱਚੇ ਬਾਂਸਾਂ ਦੇ ਉੱਤੇ ਚੜ੍ਹ ਕੇ ਖਲੋ ਜਾਣਾ, ਇੱਦਾਂ ਦੇ ਤਮਾਸ਼ੇ ਜਿਹੜੇ ਨੇ ਉਹ ਕਰਤਾਰਪੁਰ ਨੇਤੀ ਹੁੰਦੇ ਹਨ। ਸੁਣ ਲੋਕ ਮਨਿੰਦ ਬਿਲਾਸੇ, ਅਤੇ ਕਹਿੰਦੇ ਵੀ ਇਸ ਤਰ੍ਹਾਂ ਦਾ ਬਿਲਾਸ ਹੋ ਰਿਹਾ ਵੀ ਜਿਵੇਂ ਸਵਰਗਪੁਰੀ ਹੋਵੇ ਨਾ, ਸਵਰਗਪੁਰੀ ਵਾਲਾ ਹੀ ਮਾਹੌਲ ਬਣਿਆ ਹੈ, ਜਿਵੇਂ ਦੇਵਤੇ ਕੌਤਕ ਵੇਖਦੇ ਇੱਦਾਂ ਹੀ ਚੱਲ ਰਿਹਾ ਹੈ ਕਰਤਾਰਪੁਰ। ਕਿਟ ਨਟ ਗਨ ਕਰਤ ਅਖਾਰੇ, ਜਿਹੜੇ ਨਟ ਨੇ ਕਈ ਤਰ੍ਹਾਂ ਦੇ ਸਵਾਂਗ ਰਚਣ ਵਾਲੇ, ਉਹ ਵੀ ਅਖਾੜੇ ਲਾ ਲਾ ਕੇ ਤੇ ਕਰਤਬ ਵਿਖਾ ਰਹੇ ਹਨ ਲੋਕਾਂ ਦੇ ਤਾਈ। ਮਿਲ ਨਰ ਸਮੁਦਾਇ ਨਿਹਾਰੇ, ਸੋ ਸਾਰੇ ਹੀ ਲੋਕ ਮਿਲ ਮਿਲ ਕੇ ਵੇਖਦੇ ਹੈਰਾਨ ਹੁੰਦੇ, ਕਹਿੰਦੇ ਵੀ ਕਮਾਲ ਹੈ, ਕੋਈ ਹੱਥ ਦੇ ਵਿੱਚੋਂ ਹੀ ਪੈਸੇ ਜੇ ਪ੍ਰਗਟ ਕਰਕੇ ਵਿਖਾ ਦਿੰਦਾ ਹੈ, ਕੋਈ ਗੁੱਡੀਆਂ ਜਿਹੀਆਂ ਪਿੱਛੇ ਨਚਾਈ ਜਾਂਦਾ ਹੈ। ਇਹ ਕਈ ਤਰ੍ਹਾਂ ਦੇ ਕਰਤਬ ਵੇਖ ਕਰਕੇ, ਕਲਾਬਾਜ਼ੀਆਂ ਵੇਖ ਕੇ ਲੋਕ ਹੈਰਾਨ ਹੁੰਦੇ ਵੀ ਬੜਾ ਇਹ ਖਿਡਾਰੀ ਹੈ। ਦਿਨ ਬੀਤਤ ਜਾਣੇ ਨਾਹੀਂ, ਕਹਿੰਦੇ ਵੀ ਦਿਨ ਇੱਦਾਂ ਲੰਘਦੇ ਜਾ ਰਹੇ ਹੈ ਵੀ ਪਤਾ ਹੀ ਨਹੀਂ ਲੱਗਦਾ, ਇਹੋ ਜਿਹਾ ਸੋਹਣਾ ਮਾਹੌਲ ਬਣਿਆ ਹੈ ਸ੍ਰੀ ਕਰਤਾਰਪੁਰ। ਬਹੁ ਸੁੰਦਰ ਮੰਗਲ ਮਾਹੀ, ਤੇ ਗੁਰੂ ਮਹਾਰਾਜ ਸਾਹਿਬ ਜੀ ਦੇ ਵਿਆਹ ਦੇ ਸਮੇਂ ਬਹੁਤ ਸੁੰਦਰ ਮੰਗਲ ਮਾਹੀ, ਮੰਗਲਾਂ ਵਿੱਚ ਸੋਹਣੀਆਂ ਖੁਸ਼ੀਆਂ ਦੇ ਵਿੱਚ ਸਮਾਂ ਲੰਘਦੇ ਆ, ਦਿਨ ਲੰਘਦੇ ਆ ਪਤਾ ਹੀ ਨਹੀਂ ਲੱਗਦਾ, ਕਹਿੰਦੇ ਹੈ ਝੱਟ ਹੀ ਦਿਨ ਲੰਘ ਗਏ ਆ, ਪਤਾ ਹੀ ਨਹੀਂ ਲੱਗਾ ਵੀ ਕਿੰਨੇ ਦਿਨ ਪਹਿਲਾਂ ਹੀ ਆਏ ਸਾਂ, ਵਿਆਹ ਦਾ ਦਿਨ ਤਾਂ ਨੇੜੇ ਹੀ ਆ ਗਿਆ। ਸ੍ਰੀ ਤੇਗ ਬਹਾਦਰ ਸੋਹੇ, ਇਧਰ ਹੁਣ ਆਨੰਦ ਕਾਰਜ ਦਾ ਜੋ ਦਿਨ ਨਿਯਤ ਹੋਇਆ ਸੀ 9 ਫੱਗਣ, ਉਹ ਨੇੜੇ ਆ ਗਿਆ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਤਿਆਰੀ ਹੋ ਰਹੀ ਹੈ, ਸਤਿਗੁਰੂ ਮਹਾਰਾਜ ਬੜੇ ਸੋਹਣੇ ਫੱਬ ਰਹੇ ਹਨ। ਨਰ ਨਰ ਰੂਪ ਭਿਖ ਮੋਹੇ, ਜੋ ਵੀ ਮਾਈ ਭਾਈ ਨਾਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੋ ਹਾਲਾਂ ਬਾਲ ਰੂਪ ਦੇ ਵਿੱਚ ਕੌਤਕ ਕਰ ਰਹੇ ਨੇ, ਜਦੋਂ ਸਤਿਗੁਰਾਂ ਦੇ ਦਰਸ਼ਨ ਕਰਦੇ ਆ ਸਭ ਮੋਹਿਤ ਹੁੰਦੇ ਨੇ ਗੁਰਾਂ ਦੇ ਸਾਹਿਬਜ਼ਾਦੇ ਉੱਪਰ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਕਹਿੰਦੇ ਚੰਗਾ ਡੀਲ ਡੋਲ ਖੁੱਲ੍ਹਾ ਸਰੀਰ ਹੈ ਨਾ, ਇਵੇਂ ਪਿਤਾ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਾਂਗ ਹੀ ਤੇਗ ਬਹਾਦਰ ਸਾਹਿਬ ਜੀ ਦਾ ਵੀ ਦੀਰਘ ਬਹੁਤ ਹੀ ਡੀਲਿੰਗ ਡੀਲ ਡੋਲ ਉੱਚਾ ਲੰਮਾ ਕਦ ਹੈ। ਮੰਡਲ ਚੰਦ ਸੁਸ਼ੀਲਮ, ਤੇ ਜੋ ਮਹਾਰਾਜ ਦਾ ਮੁਖਾਰਬਿੰਦ ਹੈ, ਮੁੱਖ ਮੰਡਲ ਹੈ,
ਕਲੰਕ ਤੋਂ ਰਹਿਤ ਚੰਦਰਮਾ ਵਰਗਾ ਬੜਾ ਹੀ ਸੁਸ਼ੀਲ ਬੜਾ ਸੋਹਣਾ ਹੈ। ਜਲਾਬੀ ਆਜੁਤ ਛਾਤੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਬਾਹਾਂ ਜਿਹੜੀਆਂ ਨੇ ਉਹ ਗੋਡਿਆਂ ਤੋਂ ਲੰਮੀਆਂ ਨੇ ਹਾਥੀ ਦੀ ਸੁੰਡ ਵਾਂਗ। ਆਜੁਤ ਛਾਤੀ ਤੇ ਛਾਤੀ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚੌੜੀ ਹੈ ਆਮ ਮਨੁੱਖਾਂ ਦੇ ਨਾਲੋਂ। ਬਿਸਤ੍ਰਿਤ ਆਂਖ ਕੁਛ ਰਾਤੀ, ਬਿਸਤ੍ਰਿਤ ਆਂਖ ਕੁਛ ਰਾਤੀ ਦੇ ਜੋ ਨੇਤਰ ਨੇ ਮਹਾਰਾਜ ਦੇ ਉਹ ਵਿਸਥਾਰ ਵਿੱਚ ਭਾਵ ਕੇ ਚੰਗੇ ਮੋਟੇ ਨੇਤਰ ਨੇ ਤੇ ਉਹਨਾਂ ਵਿੱਚ ਲਾਲੀ ਵੀ ਹੈ ਕਿਉਂਕਿ ਸੂਰਮੇ ਸਨ, ਸ਼ਸਤਰਧਾਰੀ ਸਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੇ ਸੂਰਮਿਆਂ ਵਾਲੇ ਸਾਰੇ ਹੀ ਕਰਤਬ ਕਰਦੇ ਇਸ ਕਰਕੇ ਨੇਤਰ ਵੀ ਕਹਿੰਦੇ ਵੀ ਚੌੜੇ ਆ ਤੇ ਨੇਤਰਾਂ ਵਿੱਚ ਲਾਲੀ ਰਹਿੰਦੀ ਹੈ ਜਿਵੇਂ ਸੂਰਬੀਰਾਂ ਅੰਦਰ ਵੀਰ ਰਸ ਹੁੰਦਾ ਹੈ ਤੇ ਵੀਰ ਰਸ ਵਿੱਚ ਨੇਤਰ ਜਿਹੜੇ ਹਨ ਲਾਲ ਹੁੰਦੇ ਨੇ ਇਸ ਤਰ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਨੇਤਰ। ਜੁਗ ਕੰਧ ਉਤੰਗ ਸੁਹਾਏ, ਤੇ ਦੋਵੇਂ ਜਿਹੜੇ ਮੋਢੇ ਹਨ ਇਹ ਵੀ ਉੱਚੇ ਨੇ, ਆਮ ਕਰਕੇ ਝੁਕੇ ਜੇ ਹੁੰਦੇ ਨਾ ਮੋਢੇ ਆਪਣੇ ਉਹ ਉੱਚੇ ਨੇ ਭਾਵ ਕੇ ਮਹਾਰਾਜ ਦੇ ਸਿੱਧੇ ਮੋਢੇ ਹਨ। ਗਤ ਮੰਦ ਮੰਦ ਛਬ ਪਾਏ, ਤੇ ਸਹਿਜੇ ਸਹਿਜੇ ਮਹਾਰਾਜ ਚੱਲਦੇ ਨੇ ਤੇ ਬੜੀ ਛਵੀ ਬੜੀ ਸੁੰਦਰਤਾ ਸ਼ੋਭਾ ਪਾਉਂਦੇ ਨੇ ਸ੍ਰੀ ਤੇਗ ਬਹਾਦਰ ਜੀ। ਉਦ ਬਰਤਨ ਮਲਬੇ ਹੇਤਾ, ਉਦ ਬਰਤਨ ਮਲਬੇ ਹੇਤਾ, ਜਿਵੇਂ ਮਾਈਆਂ ਨੂੰ ਹੁੰਦਾ ਨਾ ਵੀ ਪੁੱਤ ਮੇਰੇ ਦਾ ਵਿਆਹ ਹੈ ਵੀ ਇਹਨੂੰ ਸੋਹਣਾ ਹੀ ਬਣਾ ਦਈਏ, ਜਿਸ ਕਰਕੇ ਕਹਿੰਦੇ ਵੀ ਉਹ ਮਰਦਣ ਜਿਹਾ ਮਲਣ ਦੇ ਵਾਸਤੇ, ਸਰੀਰ ਨੂੰ ਚਮਕਾਉਣ ਜਿਹਦੇ ਵਾਸਤੇ ਸਤਿਗੁਰਾਂ ਦੇ ਨਿਰਨਾਰ ਸੁਹਾਗ ਸਮੇਤਾ, ਸ੍ਰੀ ਮਾਤਾ ਨਾਨਕੀ ਜੀ, ਮਾਤਾ ਮਰਵਾਹੀ, ਹੋਰ ਜੋ ਜਿਵੇਂ ਬੀਬੀ ਵੀਰੋ ਜੀ ਅਤੇ ਹੋਰ ਜਿੰਨੇ ਵੀ ਰਿਸ਼ਤੇਦਾਰ ਹਨ ਉਹ ਸਾਰੀਆਂ ਸੁਹਾਗਣ ਬੀਬੀਆਂ ਮਿਲ ਕਰਕੇ ਗਾਵਤ ਮਰਦਨ ਕੀਨਾ, ਮੁੱਖੋਂ ਖੁਸ਼ੀ ਦੇ ਗੀਤ ਗਾਉਂਦੀਆਂ ਨੇ ਸੁਹਾਗ ਦੇ ਤੇ ਮਹਾਰਾਜ ਸਾਹਿਬ ਜੀ ਦੇ ਸਰੀਰ ਦੇ ਉੱਤੇ ਮਰਦਣਾ ਮਲਦੀਆਂ ਹਨ। ਸਭ ਤਨ ਕੋ ਗਹਿ ਭੁਜ ਪੀਨਾ, ਸਾਰਾ ਹੀ ਸਰੀਰ ਕਹਿੰਦੇ ਵੀ ਐਵੇਂ ਨਾ ਮਲ ਮਲ ਕੇ ਭੁਜ ਪੀਨਾ, ਕਹਿੰਦੇ ਵੀ ਪੀਲਾ ਕਰ ਦਿੱਤਾ ਭਾਵ ਕਿ ਹਲਦੀ ਦੇ ਨਾਲ ਹੋਰ ਸੁਗੰਧੀਆਂ ਨਾਲ ਇਸ਼ਨਾਨ ਕਰਾ ਦਾ ਵਟਣੇ ਵਟਕੇ ਇਸ਼ਨਾਨੇ ਸੌਰਭ ਸੰਗ, ਬਹੁਤ ਸੁਗੰਧੀ ਪਾਈ ਜਿਵੇਂ ਅਤਰ ਆਦਿਕ ਹੋਵੇ, ਹੋਰ ਸੁਗੰਧੀਆਂ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਉਹ ਜਲ ਵਿੱਚ ਪਾ ਕੇ ਉਹਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਇਸ਼ਨਾਨ ਕਰਾਇਆ। ਮਾਤਾ ਜੀ ਨੇ ਬੜੀ ਖੁਸ਼ੀ ਦੇ ਨਾਲ ਆਪਣੇ ਪੁੱਤਰ ਨੂੰ ਨਵਾਇਆ ਹੈ। ਸ਼ੋਭਤ ਭੇ ਸੁਭ ਅੰਗਾ, ਸੋ ਇਸ ਪ੍ਰਕਾਰ ਦੇ ਨਾਲ ਮਹਾਰਾਜ ਸਾਹਿਬ ਜੀ ਦੇ ਸਰੀਰ ਦੇ ਜਿੰਨੇ ਵੀ ਅੰਗ ਨੇ ਉਹਦਾ ਪਹਿਲਾਂ ਹੀ ਬੜੇ ਸੁੰਦਰ ਨੇ, ਪਰ ਬੜੀ ਰੀਝ ਨਾਲ ਇਸ਼ਨਾਨ ਕਰਾ ਕੇ ਸੁਗੰਧੀਆਂ ਲਾ ਕੇ ਅਤੇ ਮਹਾਰਾਜ ਨੂੰ ਤਿਆਰ ਕੀਤਾ ਹੈ। ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ੁਭ ਅੰਗ ਸ਼ੋਭਾ ਪਾਉਂਦੇ ਹਨ, ਫੱਬਦੇ ਹਨ। ਬਹੁ ਸੂਖਮ ਚੀਰਜ ਚਾਰੂ, ਅਤੇ ਫਿਰ ਸੂਖਮ ਜਿਹਾ ਲੈ ਕਰਕੇ ਬਰਸਤਰ ਵਿਆਹ ਦੇ ਵਾਸਤੇ ਬੜਾ ਹੀ ਸੋਹਣਾ ਅਤੇ ਸੂਖਮ ਬਣਿਆ ਹੋਇਆ ਜਿਹਦੇ ਨਾਲ ਕੋਈ ਸਰੀਰ ਨੂੰ ਬਹੁਤ ਹੀ ਮੁਸ਼ਕਲ ਤੰਗੀ ਨਾ ਆਵੇ। ਕਰ ਪੋਸ਼ਿਸ਼ ਪੀਤ ਉਧਾਰੂ, ਪੀਲੇ ਰੰਗ ਦਾ ਬਸਤਰ ਮਹਾਰਾਜ ਜੀ ਦਾ ਜਿਵੇਂ ਸਰੋਂ ਦੇ ਫੁੱਲ ਜਾਂ ਪੀਲੱਤਣ ਜੀ ਹੁੰਦੀ ਹੈ ਨਾ ਐਵੇਂ ਪੀਲਾ ਜਿਹਾ ਰੰਗ, ਉਸ ਤਰ੍ਹਾਂ ਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੂਖਮ ਚੋਲਾ ਤਿਆਰ ਕੀਤਾ। ਤਨ ਪਹਿਰਤ ਦੁਤੀ ਵਧਾਈ, ਕਹਿੰਦੇ ਵੀ ਇੱਕ ਤਾਂ ਪੀਲਾ ਰੰਗ ਉਹ ਹੀ ਬੜਾ ਸੋਹਣਾ ਹੈ, ਉਧਰ ਮਹਾਰਾਜ ਸਾਹਿਬ ਜੀ ਦੇ ਅੰਗ ਸੋਹਣੇ ਨੇ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਤਨ ਦੇ ਉੱਤੇ ਪਹਿਨ ਲਿਆ ਪੀਲੇ ਰੰਗ ਦਾ ਸੂਖਮ ਚੋਲਾ ਤਾਂ ਸਰੀਰ ਦੀ ਸ਼ੋਭਾ ਹੋਰ ਜ਼ਿਆਦਾ ਵੱਧ ਗਈ। ਜਨ ਸਿਮਟ ਛਟਾ ਇੱਕ ਥਾਈ, ਕਹਿੰਦੇ ਵੀ ਇਸ ਤਰ੍ਹਾਂ ਲੱਗਦਾ ਹੈ ਮਹਾਰਾਜ ਦੇ ਪਾਇਆ ਹੋਇਆ ਤਨ ਤੇ ਚੋਲਾ ਵੀ ਜਿਵੇਂ ਆਕਾਸ਼ ਦੇ ਵਿੱਚ ਜਦੋਂ
ਬਿਜਲੀਆਂ ਲਿਸ਼ਕਦੀਆਂ ਨੇ ਤਾਂ ਉਹਦੇ ਵਿੱਚ ਪਲੱਤਣ ਜੀ ਦੇ ਚਿੱਟਾਪਣ ਜਿਹਾ ਰਲਿਆ ਮਿਲਿਆ ਜਾਂ ਨਿਕਲਦਾ ਹੈ ਨਾ, ਵੀ ਜਿਵੇਂ ਸਾਰੀਆਂ ਬਿਜਲੀਆਂ ਆਕਾਸ਼ ਵਿੱਚੋਂ ਇਕੱਠੀਆਂ ਹੋ ਕੇ ਆ ਗਈਆਂ ਹੋਣ। ਮੁਖ ਚੰਦ ਵਿੱਚ ਮੈਂ ਲੀਨਾ, ਤੇ ਗੁਰੂ ਸਾਹਿਬ ਦਾ ਮੁਖ ਚੰਦਰਮਾ ਵਰਗਾ ਵਿੱਚ ਲੀਨ ਕਰ ਲਿਆ ਹੋਵੇ, ਵੀ ਜਿਵੇਂ ਚੰਦਰਮਾ ਚੜ੍ਹੇ ਨਾ ਤੇ ਫਿਰ ਆਸ ਪਾਸ ਬਿਜਲੀ ਜਿਵੇਂ ਲਿਸ਼ਕੇ, ਇਵੇਂ ਮਹਾਰਾਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਮੁੱਖ ਚੰਦਰਮਾ ਵਾਂਗ ਸੋਹਣਾ ਫੱਬ ਰਿਹਾ, ਅਤੇ ਪੀਲੇ ਰੰਗ ਦਾ ਪਾਇਆ ਚੋਲਾ ਐਵੇਂ ਫੱਬ ਰਿਹਾ ਜਿਵੇਂ ਸਾਰੀ ਆਕਾਸ਼ ਦੀ ਬਿਜਲੀ ਸੁੰਦਰਤਾ ਆ ਕੇ ਤੇ ਮਹਾਰਾਜ ਦੇ ਮੁੱਖ ਨੂੰ ਘੇਰ ਲਿਆ ਹੋਵੇ। ਜਗਨੈਨ ਕਮਲ ਰਸ ਲੀਨਾ, ਜੁਗ ਨੈਣ ਕਮਲ ਰਸ ਲੀਨਾ, ਦੋਵੇਂ ਨੇਤਰ ਮਹਾਰਾਜ ਸਾਹਿਬ ਦੇ ਕਮਲ ਵਰਗੇ ਜਿਹੜੇ ਹਨ ਇਸ ਪ੍ਰਕਾਰ ਦੇ ਨਾਲ ਲੀਨ ਨੇ। ਕਰ ਕੰਗਣਾ ਬੰਧਨ ਕੀਨਾ, ਮਹਾਰਾਜ ਸਾਹਿਬ ਜੀ ਦੇ ਹੱਥ ਦੇ ਵਿੱਚ ਕੰਗਣ ਬੰਧਨਾ ਕੀਤਾ, ਜਿਵੇਂ ਉਹ ਵਿਆਹ ਦੀ ਨਿਸ਼ਾਨੀ ਜੀ ਹੁੰਦੀ ਹੈ। ਬਹੁ ਦਾਜ ਜਨ ਕੋ ਦੇਨਾ, ਹਾਂ ਤੇ ਜਿਹੜੇ ਵੀ ਆਏ ਨੇ ਲੋੜਵੰਦ, ਕੋਈ ਬ੍ਰਾਹਮਣ ਕੋਈ ਮੰਗਤਾ, ਸਭ ਨੂੰ ਵਸਤੂਆਂ ਦਿੱਤੀਆਂ ਗਈਆਂ। ਮਿਲ ਗਾਵਤ ਕੋ ਕਲ ਬੈਨੀ, ਕਹਿੰਦੇ ਕੋਲ ਵਰਗੇ ਜਿਨ੍ਹਾਂ ਦੇ ਗਲੇ ਨੇ ਨਾ ਉਹ ਮਾਈਆਂ ਮਿਲ ਕੇ ਮਹਾਰਾਜ ਸਾਹਿਬ ਜੀ ਦੇ ਵਿਆਹ ਦੀ ਖੁਸ਼ੀ ਦੇ ਵਿੱਚ ਗੀਤ ਗਾਉਂਦੀਆਂ ਹਨ। ਬੜਦੀਸ਼ਨ ਪੰਕਜ ਨੈਨੇ, ਬੜੇ ਕਹਿੰਦੇ ਤਿੱਖੇ ਦੇ ਕਮਲ ਵਰਗੇ ਜਿਨ੍ਹਾਂ ਦੇ ਨੇਤਰ ਹਨ। ਸਭ ਤੇਗ ਬਹਾਦਰ ਸੰਗਾ, ਇਹ ਸਾਰੀਆਂ ਮਾਈਆਂ ਬੀਬੀਆਂ ਮਾਤਾ ਨਾਨਕੀ ਜੀ ਦੇ ਸਮੇਤ ਸ੍ਰੀ ਤੇਗ ਬਹਾਦਰ ਸਾਹਿਬ ਜੀ ਦੇ ਨਾਲ। ਚਲ ਗਾਵਤ ਆਨੰਦ ਉਮੰਗਾ, ਕਹਿੰਦੇ ਵੀ ਬੜੇ ਆਨੰਦ ਦੇ ਨਾਲ ਉਮੰਗ ਦੇ ਨਾਲ ਚੱਲ ਰਹੀਆਂ ਗੀਤ ਗਾਉਂਦੀਆਂ ਨੇ। ਗਨ ਮਿਲੀ ਬਰਾਤ ਸੁਹਾਈ, ਇਸ ਤਰ੍ਹਾਂ ਬਰਾਤ ਤਿਆਰ ਹੋ ਗਈ ਹੈ, ਗਨ ਮਿਲੀ ਬਰਾਤ ਸੁਹਾਈ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਰਾਤ ਬੜੀ ਸ਼ੋਭਨੀਕ ਹੋ ਰਹੀ ਹੈ, ਬਹੁਤੇ ਮਾਈ ਭਾਈ ਇਕੱਤਰ ਹੋ ਗਏ ਤਿਆਰ ਹੋ ਗਏ ਹਨ। ਦੁੱਤ ਬਸਤਰ ਵਿਭੂਖਣ ਛਾਈ, ਸਭ ਦੇ ਪਾਏ ਹੋਏ ਚੰਗੇ ਚੰਗੇ ਬਸਤਰ, ਚੰਗੇ ਚੰਗੇ ਗਹਿਣੇ, ਇਹ ਸਾਰਿਆਂ ਦੀ ਕਹਿੰਦੇ ਸ਼ੋਭਾ ਛਵੀ ਨੂੰ ਵਧਾ ਰਹੇ ਹਨ। ਨਿਜਪੁਰ ਮਹਿ ਕਰਨ ਟੁਕਾਓ, ਕਿਉਂਕਿ ਦੂਰ ਨਹੀਂ ਸੀ ਕਿਤੇ ਜਾਣਾ, ਜਿੱਥੇ ਮਹਾਰਾਜ ਸਾਹਿਬ ਜੀ ਦਾ ਡੇਰਾ ਹੈ ਥੰਮ ਸਾਹਿਬ ਤੋਂ ਚੱਲ ਕੇ ਹੀ ਜਾਣਾ ਸੀ, ਅਤੇ ਕਹਿੰਦੇ ਵੀ ਮਹਾਰਾਜ ਸਾਹਿਬ ਜੀ ਨੇ ਉਸੇ ਨਗਰ ਵਿੱਚ ਟਿਕਾਓ ਕਰਨਾ ਸੀ, ਇਸ ਵਾਸਤੇ ਵਾਹਨ ਲਈ ਨਸਕਾਓ, ਕੋਈ ਵਾਹਨ ਨਹੀਂ ਲਿਆ, ਵੀ ਜਿਵੇਂ ਰਥਾਂ ਦੇ ਗੱਡਿਆਂ ਦੇ ਸਵਾਰ ਹੋ ਕੇ ਜਾਈਦਾ ਹੈ ਦੂਜੇ ਥਾਂ ਜਾਣਾ ਸੀ, ਜਿਵੇਂ ਹੁਣ ਮੋਟਰ ਗੱਡੀਆਂ ਦੂਜੇ ਥਾਂ ਜਾਣ ਨੂੰ ਹੁੰਦੀਆਂ, ਹੁਣ ਨਗਰ ਦੇ ਵਿੱਚ ਹੀ ਬਸ ਘਰ ਹੀ ਦੂਸਰੇ ਪਾਸੇ ਜਾਣਾ ਸੀ ਟਿਕਾਓ ਕਰਨ ਵਾਸਤੇ, ਇਸ ਵਾਸਤੇ ਕਹਿੰਦੇ ਕੋਈ ਸਾਧਨ ਕੋਈ ਰਾਸ ਕੋਈ ਘੋੜਾ ਨਹੀਂ ਲਿਆ ਗਿਆ। ਗੁਰ ਚਲੇ ਰੂਪ ਅਬਰਾਮੋ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬੜੇ ਸੁੰਦਰ ਸਰੂਪ ਫਬਰੇ ਚੱਲ ਪਏ ਹਨ। ਜੈ ਲਾਲ ਚੰਦ ਕੋ ਧਾਮੋ, ਜਿੱਥੇ ਲਾਲ ਚੰਦ ਮਹਾਰਾਜ ਸਾਹਿਬ ਜੀ ਦੇ ਸਹੁਰਿਆਂ ਦਾ ਘਰ ਹੈ। ਤਰ ਜੋਦ ਹਾਥ ਪਰ ਹੱਥ, ਇਧਰ ਗੁਰੂ ਹਰਗੋਬਿੰਦ ਸਾਹਿਬ ਅੱਗੇ ਅੱਗੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਾ ਰਹੇ ਹੈ, ਭਾਵੇਂ ਕਿ ਬਣਦਾ ਤੇ ਇਵੇਂ ਹੀ ਹੁੰਦਾ ਸੀ ਨਾ ਵੀ ਗੁਰੂ ਹਰਗੋਬਿੰਦ ਸਾਹਿਬ ਹੀ ਅੱਗੇ ਜਾਂਦੇ, ਪਰ ਇੱਥੇ ਹੁਣ ਮਰਿਆਦਾ ਹੈ ਵਿਆਹ ਵਾਲਾ ਹੀ ਅੱਗੇ ਜਾਣਾ ਹੈ ਲਾੜਾ, ਅਤੇ ਅੱਗੇ ਅੱਗੇ ਗੁਰੂ ਤੇਗ ਬਹਾਦਰ ਸਾਹਿਬ ਜਾ ਰਹੇ ਨੇ, ਨਾਲ ਬਰਾਤ ਜਾ ਰਹੀ ਹੈ, ਹੋਰ ਸਤਿਗੁਰਾਂ ਦੇ ਭਾਈ ਬਾਬਾ ਗੁਰਦਿੱਤਾ ਜੀ ਸੂਰਜਮੱਲ ਜੀ ਨਾਲ ਜਾ ਰਹੇ ਨੇ, ਅਣੀ ਰਾਏ ਜੀ ਬੜੇ ਮਸਤ ਹਨ ਸੁਭਾਅ ਦੇ ਵਿੱਚ, ਉਹਨਾਂ ਤੋਂ ਪਿੱਛੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ,
ਤੇ ਜੋਧ ਰਾਏ, ਜੋਧ ਰਾਏ ਦੇ ਹੱਥ ਦੇ ਵਿੱਚ ਹੱਥ ਪਾ ਕੇ ਹੱਥ ਤੇ ਹੱਥ ਰੱਖ ਕੇ ਭੱਲੇ ਤ੍ਰੇਹਣ ਸੱਥ, ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜਾ ਰਹੇ ਨੇ ਭੱਲਿਆਂ ਦੀ ਕੁੱਲ ਦੇ ਸਾਹਿਬਜ਼ਾਦੇ, ਤ੍ਰੇਹਣ ਗੁਰੂ ਅੰਗਦ ਸਾਹਿਬ ਜੀ ਦੀ ਕੁੱਲ ਦੇ ਸਾਹਿਬਜ਼ਾਦੇ ਵੀ ਨਾਲ ਹਨ, ਸਿੱਖ ਸੰਗਤ ਮਿਲ ਸਮੁਦਾਇ, ਸਾਰੀ ਸਿੱਖ ਸੰਗਤ ਵੀ ਬਹੁਤ ਹੀ ਸਾਰੀ ਮਿਲ ਕੇ ਨਾਲ ਬਰਾਤ ਦੇ ਚੱਲ ਪਈ, ਵੀਰ ਸੰਗ ਛਪ ਪਾਏ। ਫਿਰ ਸੂਰਮੇ ਮਹਾਰਾਜ ਦੇ ਦਲ ਪੰਥ ਦੇ ਜਿਹੜੇ ਸਿਪਾਹੀ ਨੇ, ਜਿਹੜੇ ਚੰਗੇ ਸੂਰਮੇ ਵੀਰ ਬਹਾਦਰ ਹਨ, ਉਹ ਵੀ ਬਰਾਤ ਵਿੱਚ ਸ਼ਾਮਿਲ ਹੋਏ ਤੇ ਬੜੀ ਛਵੀ ਸੁੰਦਰਤਾ ਪਾ ਰਹੇ ਨੇ। ਤਰਸੇ ਪਰ ਖੜਜ ਨਿਜ ਅੰਗਾ, ਸੂਰਮਿਆਂ ਦੀ ਪਛਾਣ ਕਿਵੇਂ ਹੋ ਰਹੀ ਹੈ? ਵੀ ਮੋਢਿਆਂ ਦੇ ਢਾਲੇ ਬੰਨੇ ਹੋਏ ਨੇ ਅਤੇ ਗਾਤਰੇ ਵੱਡੀਆਂ ਕਿਰਪਾਨਾਂ ਆਪਣੇ ਪਹਿਨੀਆਂ ਹੋਈਆਂ ਹਨ। ਜਿਹੜੇ ਬਹਾਦਰ ਜੰਗਾ, ਜਿਹੜੇ ਜੰਗ ਕਰਨ ਵਿੱਚ ਬੜੇ ਵੀਰ ਬਹਾਦਰ ਸੂਰਮੇ ਨੇ, ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿੱਛੇ ਪਿੱਛੇ ਬਰਾਤ ਦੇ ਨਾਲ ਜਾ ਰਹੇ ਨੇ। ਗਨ ਮੇਲ ਅਪਰ ਸਭ ਚਾਲੇ, ਸੋ ਇਸ ਤਰ੍ਹਾਂ ਸਾਰਾ ਹੀ ਮੇਲ, ਹੋਰ ਜੋ ਵੀ ਸਕੇ ਸੰਬੰਧੀ ਨਗਰ ਦੀਆਂ ਸੰਗਤਾਂ ਸੂਰਮੇ ਮਿਲ ਕਰਕੇ ਮੇਲ ਦੇ ਰੂਪ ਵਿੱਚ ਬਰਾਤ ਦੇ ਰੂਪ ਵਿੱਚ ਚੱਲ ਪਏ। ਭੀੜ ਵਿਸਾਲੇ, ਚਾਰ ਸਫੇਰੇ ਬਹੁਤ ਹੀ ਭੀੜ ਹੋ ਗਈ ਕਰਤਾਰਪੁਰ, ਕਹਿੰਦੇ ਨਗਰ ਦੀ ਭਾਵੇਂ ਕੋਈ ਵੀ ਗਲੀ ਹੈ, ਕੋਈ ਵੀ ਬਾਜ਼ਾਰ ਹੈ, ਉਹਨਾਂ ਸਾਰਿਆਂ ਜੀ ਬਹੁਤ ਲੋਕਾਂ ਦੀ ਭੀੜ ਹੈ, ਕੋਈ ਗਲੀ ਕੋਈ ਬਾਜ਼ਾਰ ਖਾਲੀ ਨਹੀਂ ਹੈ। ਭੂਖਣ ਬਸਤਰ ਨਵੀਨੇ, ਸਾਰਿਆਂ ਨੇ ਨਵੇਂ ਨਵੇਂ ਬਸਤਰ ਪਾਏ ਹੈ, ਚੰਗੇ ਚੰਗੇ ਗਹਿਣੇ ਵਿਖਾਉਂਦੇ ਨੇ। ਬਨ ਸ਼ੈਲ ਪਿੱਤਰ ਅਸਲੀਨੇ, ਕਹਿੰਦੇ ਸ਼ੈਲ ਸ਼ਬੀਲੇ ਬਣ ਕੇ ਫਿਰਦੇ ਨੇ, ਵਿਆਹ ਦਾ ਰਸ ਲੈ ਰਹੇ ਹਨ। ਗਨ ਬਾਦਤ ਵਜੇ ਵਿਸਾਲੇ, ਬਹੁਤ ਸਾਰੇ ਵਾਜੇ ਗਾਜੇ ਵੱਜਦੇ ਹੋਏ ਚੱਲ ਪਏ। ਸਭ ਅੱਗੇ ਦੂਲੋ ਚਾਲੇ, ਸਾਰਿਆਂ ਤੋਂ ਅੱਗੇ ਦੁਲਹੇ ਲਾੜਾ ਸ੍ਰੀ ਤੇਗ ਬਹਾਦਰ ਸਾਹਿਬ ਜੀ ਜਾ ਰਹੇ ਹਨ। ਸਿਰ ਸ਼ੇਖਰ ਸੁੰਦਰ ਸੋਭੇ, ਤੇ ਮਹਾਰਾਜ ਦੇ ਸੀਸ ਤੇ ਸੁੰਦਰ ਮੁਕਟ, ਉਹ ਸਿਹਰਾ, ਇਹ ਨਿਸ਼ਾਨੀ ਜੀ ਹੁੰਦੀ ਹੈ ਨਾ, ਉਹ ਬਹੁਤਿਆਂ 'ਚ ਕੀ ਪਤਾ ਲੱਗਦਾ ਵੀ ਕਿਹਦਾ ਵਿਆਹ, ਇਹ ਨਿਸ਼ਾਨੀ ਜੀ ਹੁੰਦੀ ਹੈ। ਉਹ ਸੋਹਣਾ ਸਿਹਰਾ ਫੱਬ ਰਿਹਾ ਮਹਾਰਾਜ ਦੇ ਲਾਇਆ ਹੋਇਆ, ਨਰ ਪਿਖਤ ਮਨ ਲੋਭੇ, ਹਾਂ ਜੋ ਵੀ ਨਰ ਨਾਰੀ ਮਾਈ ਭਾਈ ਦੇਖਦਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਬਰਾਤ ਦੇ ਵਿੱਚ ਅੱਗੇ ਅੱਗੇ ਲਾੜੇ ਰੂਪ ਵਿੱਚ ਸਜਿਆ ਹੋਇਆ ਜਾਂਦਿਆਂ, ਸਾਰਿਆਂ ਦੇ ਮਨ ਮੋਹੇ ਜਾ ਰਹੇ ਨੇ। ਇਮ ਗਮਨੇ ਕਰਨ ਟਿਕਾਓ, ਇਸ ਪ੍ਰਕਾਰ ਦੇ ਨਾਲ ਕਵੀ ਜੀ ਕਹਿੰਦੇ ਵੀ ਬਰਾਤ ਟਿਕਾਓ ਕਰਨ ਵਾਸਤੇ ਚੱਲ ਪਈ ਹੈ। ਬਰਖਾਵਤ ਬਿਤ ਚਿਤ ਚਾਓ, ਤੇ ਜਿੰਨੇ ਵੀ ਹਨ ਬਰਖਾਵਤ ਬਿਤ ਚਿਤ ਚਾਓ, ਚਿੱਤ ਦੇ ਵਿੱਚ ਬੜਾ ਚਾਅ ਹੈ ਗੁਰੂ ਸਾਹਿਬ ਦੀ ਆਗਿਆ ਦੇ ਨਾਲ ਗਰੀਬ ਲੋਕਾਂ ਦਾ ਵੀ ਭਲਾ ਹੋ ਜਾਵੇ, ਧਨ ਦੀ ਵਰਖਾ ਕਰਦੇ ਜਾ ਰਹੇ ਨੇ। ਲਾਲ ਚੰਦ ਹੋਏ ਅੱਗੇ, ਤੇ ਜਦੋਂ ਨੇੜੇ ਪਹੁੰਚ ਗਈ ਘਰ ਦੇ ਬਰਾਤ, ਤਾਂ ਲਾਲ ਚੰਦ ਜੀ ਜੋ ਮਹਾਰਾਜ ਸਾਹਿਬ ਜੀ ਦੇ ਸਹੁਰਾ ਜੀ ਨੇ, ਉਹ ਅੱਗੇ ਹੋ ਕਰਕੇ ਕਰ ਮਿਲਣੀ ਪ੍ਰੇਮ ਸੋ ਪਾਗੇ, ਕਹਿੰਦੇ ਵੀ ਮਿਲਣੀ ਕਰਨ ਵਾਸਤੇ ਪ੍ਰੇਮ ਦੇ ਨਾਲ ਤਦਾਕਾਰ ਹੋਏ ਅੱਗੇ ਆਣ ਮਿਲੇ। ਕਰ ਅਗਰ ਬਿਲੰਦ ਅਕੋਰਮ, ਭੇਟਾਵਾਂ ਲੈ ਕੇ ਆਏ ਸਨ, ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੱਗੇ ਅਰਪਣ ਕਰ ਦਿੱਤੀਆਂ। ਤੈ ਖਰੋ ਹੋਏ ਕਰ ਜੋਰਮ, ਤੇ ਮਹਾਰਾਜ ਸਾਹਿਬ ਦੇ ਸਾਹਮਣੇ ਦੋਵੇਂ ਹੱਥ ਜੋੜ ਕੇ ਲਾਲ ਚੰਦ ਜੀ ਖਲੋ ਗਏ। ਪਗ ਪੰਕਜ ਕੋਲ ਪਟਾਇਆ, ਇਹ ਨਹੀਂ ਹੈ ਵੀ ਜਿਵੇਂ ਮਿਲਣੀ ਹੁੰਦੀ ਆ ਨਾ, ਵੀ ਮਿਲਣਾ ਹੁੰਦਾ ਆਪਸ ਵਿੱਚ ਕੁੜਮਾਂ ਨੇ, ਪਰ ਲਾਲ ਚੰਦ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਸਿਰ ਰੱਖਤਾ ਹੱਥ ਜੋੜ ਕੇ, ਮਹਾਰਾਜ ਸਾਹਿਬ ਦੀ ਵਡਿਆਈ ਉੱਤਮ ਹੀ ਜਾਣੀ ਵੀ ਅਸੀਂ ਸਤਿਗੁਰਾਂ ਦੇ ਚਰਨਾਂ 'ਚ ਹੀ ਸੋਹਣੇ ਲੱਗਦੇ ਹਾਂ।
ਇਹ ਭਾਵਨਾ ਰੱਖ ਕੇ ਲਾਲ ਚੰਦ ਨੇ ਆਪਣਾ ਸਿਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਤੇ ਰੱਖ ਦਿੱਤਾ, ਮਹਾਰਾਜ ਦੇ ਚਰਨਾਂ ਨੂੰ ਪਕੜ ਲਿਆ। ਗੁਰ ਗਹਿ ਕਰ ਹੱਥ ਉਠਾਇਓ। ਇਹਨਾਂ ਪ੍ਰੇਮ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਵੀ ਮਰਿਆਦਾ ਸੀ ਉਹ ਪੂਰੀ ਕਰਨ ਲਈ ਆਪ ਹੱਥੋਂ ਫੜ ਕੇ ਥੱਲੇ ਐਨ ਸਿੱਧਿਆਂ ਹੋ ਕੇ ਮੱਛਾ ਟੇਕ ਰਹੇ ਲਾਲ ਚੰਦ ਨੂੰ ਬਾਹੋਂ ਫੜ ਕੇ ਉਠਾ ਲਿਆ ਤੇ ਮਹਾਰਾਜ ਸਾਹਿਬ ਸੱਜੇ ਪਾਤਸ਼ਾਹ ਨੇ ਬਾਹੋਂ ਫੜ ਕੇ ਆਪਣੀ ਜੱਫੀ ਵਿੱਚ ਲੈ ਲਿਆ ਵੀ ਇਹ ਭਾਵੇਂ ਠੀਕ ਹੈ ਵੀ ਤੁਹਾਡਾ ਝੁਕਣਾ ਬਣਦਾ ਹੈ ਪਰ ਹੁਣ ਤੁਹਾਡਾ ਇਹ ਸਾਡੇ ਨਾਲ ਮਿਲਣਾ ਵੀ ਬਣਦਾ ਹੈ ਕਿਉਂਕਿ ਇੱਧਰੋਂ ਤੁਸੀਂ ਬੱਚੀ ਦੇ ਪਿਤਾ ਹੋ ਇੱਧਰੋਂ ਅਸੀਂ ਸ਼੍ਰੀ ਤੇਗ ਬਹਾਦਰ ਜੀ ਦੇ ਪਿਤਾ ਐਵੇਂ ਮਿਲਣੀ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਬਾਂਹ ਫੜ ਕੇ ਪ੍ਰੇਮ ਲਾਲ ਚੰਦ ਜੀ ਦੇ ਨਾਲ ਕੀਤੀ ਹੈ। ਮਹਾਰਾਜ ਦੇ ਅੰਕ ਵਿੱਚ ਮਿਲ ਕੇ ਫਿਰ ਲਾਲ ਚੰਦ ਜੀ ਵਿਆਹ ਦੀ ਅਗਲੀ ਤਿਆਰੀ ਕਰਨ ਵਾਸਤੇ ਵਾਪਸ ਘਰ ਨੂੰ ਚਲੇ ਗਏ। ਤਿਆਰ ਭਲੇ ਸਭ ਸਾਮਾ, ਕਹਿੰਦੇ ਸਾਰਾ ਸਾਜੋ ਸਮਾਨ ਤਿਆਰ ਕਰਨ ਵਾਸਤੇ ਸ੍ਰੀ ਤੇਗ ਬਹਾਦਰ ਭਾਈ, ਸ੍ਰੀ ਤੇਗ ਬਹਾਦਰ ਸਾਹਿਬ ਜੀ ਸਾਰਿਆਂ ਨੂੰ ਚੰਗੇ ਲੱਗ ਰਹੇ ਨੇ ਲਾੜੇ ਦੇ ਰੂਪ ਅੰਦਰ। ਸਸੁਰਾਲ ਦੁਆਰ ਲੱਗੇ ਆਏ, ਮਹਾਰਾਜ ਸਾਹਿਬ ਜੀ ਸਸੁਰਾਲ ਆਪਣੇ ਸਹੁਰੇ ਘਰ ਦੇ ਦਰਵਾਜ਼ੇ ਤੀਕਰ ਚੱਲ ਕੇ ਆਏ, ਜੋ ਕੋਈ ਮਰਿਆਦਾ ਜੀ ਕਰਨੀ ਹੁੰਦੀ ਉਹਦੇ ਵਾਸਤੇ ਰੀਤ ਕਰੀ ਨਰ ਨਾਰੀ, ਤੇ ਜਿੰਨੀਆਂ ਵੀ ਲਾਲ ਚੰਦ ਜੀ ਦੇ ਘਰ ਦੀਆਂ ਨਰ ਨਾਰੀਆਂ ਬੀਬੀਆਂ ਨੇ ਉਹਨਾਂ ਨੇ ਮਿਲ ਕੇ ਜੋ ਕੁੱਲ ਦੀ ਰੀਤੀ ਹੈ ਵੀ ਜਿਵੇਂ ਲਾੜੇ ਦੇ ਨਾਲ ਕੋਈ ਉਹ ਕਾਰ ਵਿਹਾਰ ਜਿਹਾ ਕਰਨਾ ਹੁੰਦਾ ਸਾਰਾ ਹੀ ਕੀਤਾ। ਬਹੁ ਗਾਵਤ ਦੇ ਕਰ ਗਾਰੀ, ਮੈਂ ਕਹਿੰਦੇ ਵੀ ਇਸ ਤਰ੍ਹਾਂ ਖੁਸ਼ੀ ਦੇ ਗੀਤ ਗਾਉਂਦੀਆਂ ਕਈ ਸਿੱਠਣੀਆਂ ਵੀ ਦੇ ਦਿੰਦੀਆਂ ਵਿੱਚੋਂ ਹਟ ਕਰ ਡੇਰਾ ਕੀਨਾ, ਉਹਨਾਂ ਇਸ ਤਰ੍ਹਾਂ ਮਰਿਆਦਾ ਜੀ ਕਰਕੇ ਵਾਪਸ ਆ ਕੇ ਜਿੱਥੇ ਜੰਝ ਘਰ ਜਿੱਥੇ ਮਹਾਰਾਜ ਦੇ ਠਹਿਰਾਓ ਲਈ ਸਾਰੀ ਤਿਆਰੀ ਕੀਤੀ ਉੱਥੇ ਡੇਰਾ ਕਰ ਲਿਆ। ਅਧਿਕ ਕੁਲਾਹਲ ਚੀਨਾ, ਸਾਰੀ ਪੁਰੀ ਦੇ ਵਿੱਚ ਬੜਾ ਹੀ ਅਧਿਕ ਕੁਲਾਹਲ, ਬਹੁਤ ਸ਼ੋਰ ਸ਼ੋਰ ਸ਼ਰਾਬਾ ਆਵਾਜ਼ ਆ ਰਹੀ ਚਾਰ ਸਫੇਰੇ। ਸਭ ਟਿਕੀ ਬਰਾਤ ਆਨੰਦੇ, ਸਾਰੀ ਬਰਾਤ ਟਿਕ ਗਈ ਹੈ ਜਿੱਥੇ ਡੇਰਾ ਮਹਾਰਾਜ ਲਈ ਜੰਝ ਘਰ ਜਿਵੇਂ ਹੁੰਦਾ ਵੀ ਐਵੇਂ ਡੇਰਾ ਕਰਾਇਆ, ਆਨੰਦ ਵਿੱਚ ਨੇ ਸਾਰੇ ਹੀ। ਗਨ ਮੰਗਲ ਪਿਖਾ ਰਖੰਦੇ, ਤੇ ਬਹੁਤੇ ਖੁਸ਼ੀ ਦੇ ਸਮੇਂ ਦੇ ਮੰਗਲ ਵੇਖ ਕੇ ਹਰ ਕੋਈ ਖੇਡ ਆਉਂਦਾ ਹੈ ਖੁਸ਼ ਹੁੰਦਾ ਹੈ। ਦੋਹਰਾ ਜੁਗ ਕਟਕਾ ਨਿਸਕੇ ਬਿਤੇ ਭੋਜਨ ਹੈ ਤਾਂ ਬੁਲਾਏ, ਜਦੋਂ ਸਾਧ ਸੰਗਤ ਦੋ ਘੜੀਆਂ ਰਾਤ ਦਾ ਸਮਾਂ ਬਤੀਤ ਹੋਇਆ, ਇਹ ਸ਼ਾਮ ਨੂੰ 6 ਵਜੇ ਰਾਤ ਦਾ ਪਹਿਲਾ ਪਹਿਰ ਸ਼ੁਰੂ ਹੁੰਦਾ ਅਤੇ ਘੜੀ 24 ਮਿੰਟਾਂ ਦੀ ਹੁੰਦੀ ਹੈ, ਕਹਿ ਲਓ ਵੀ ਜਦੋਂ 7 ਵਜੇ ਦਾ ਸਮਾਂ ਹੋ ਗਿਆ ਅਤੇ ਬਰਾਤ ਨੂੰ ਭੋਜਨ ਛਕਣ ਵਾਸਤੇ ਬੁਲਾਇਆ ਹੈ। ਸ਼੍ਰੀ ਗੁਰੂ ਹਰਗੋਬਿੰਦ ਜੀ ਚਲੇ ਸੰਗ ਸਮੁਦਾਇ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਚੱਲ ਪਏ ਨਾਲ ਸਮੁਦਾਇ, ਸਮੂਹ ਰਿਸ਼ਤੇਦਾਰ ਸਿੱਖ ਸੰਗਤਾਂ ਸੂਰਮੇ ਚੱਲ ਪਏ। ਹਾਕਲ ਛੰਦ ਸ਼੍ਰੀ ਤੇਗ ਬਹਾਦਰ ਦੂਲੋ, ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜੋ ਲਾੜੇ ਦੇ ਰੂਪ ਵਿੱਚ ਤਿਆਰ ਹਨ, ਸਭ ਆਗੇ ਗੁਰ ਅਨੁਕੂਲੋ, ਗੁਰੂ ਸਾਹਿਬ ਦੀ ਆਗਿਆ ਦੇ ਨਾਲ ਹੀ, ਕਿਉਂਕਿ ਅੱਗੇ ਨਹੀਂ ਸੀ ਚੱਲਦੇ ਪਰ ਮਹਾਰਾਜ ਨੇ ਕਿਹਾ ਵੀ ਸ਼੍ਰੀ ਤੇਗ ਬਹਾਦਰ ਜੀ ਤੁਹਾਨੂੰ ਹੀ ਅੱਗੇ ਚੱਲਣਾ ਪੈਣਾ, ਇਹ ਤਾਂ ਤੁਹਾਡਾ ਹੁਣ ਕਾਰਜ ਹੈ। ਇਵੇਂ ਮਹਾਰਾਜ ਦੇ ਆਗਿਆਕਾਰੀ ਹੋ ਕੇ ਆਗਿਆ ਅਨੁਸਾਰ ਸ਼੍ਰੀ ਤੇਗ ਬਹਾਦਰ ਜੀ ਅੱਗੇ ਅੱਗੇ ਜਾ ਰਹੇ ਹਨ। ਕਰ ਲਾਲ ਚੰਦ ਕੇ ਚੱਲ, ਬਾਕੀ ਬਰਾਤ ਗੁਰੂ ਸਾਹਿਬ ਪਿੱਛੇ ਚੱਲ ਰਹੇ ਨੇ ਤੇ ਜਿੱਥੇ ਲਾਲ ਚੰਦ ਜੀ ਦਾ ਘਰ ਹੈ ਜਿੱਥੇ ਭੋਜਨ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ ਉੱਥੇ ਪਹੁੰਚ ਗਏ। ਬਾਦਤ ਧੁਨੀ ਉਠਾਲੇ, ਤੇ ਤੁਰਦੇ ਸਮੇਂ ਵਾਜਿਆਂ ਦੀ ਧੁਨੀ ਜੀ ਵਜਾ ਦਿੱਤੀ ਹੈ। ਆਤਿਸ਼ਬਾਜੀ ਸ਼ੋਰੇ,
ਮਹਾਰਾਜ ਜੀ ਦਾ ਸਮਾਂ ਹੋ ਗਿਆ ਹੈ ਅਤੇ ਆਤਿਸ਼ਬਾਜ਼ੀ ਤਬੇ ਆਤਿਸ਼ਬਾਜ਼ੀ ਸ਼ੋਰੇ, ਕਹਿੰਦੇ ਵੀ ਆਕਾਸ਼ ਵਿੱਚ ਚੱਲਣ ਵਾਲੀਆਂ ਜਿਹੜੀਆਂ ਤਾਂ ਸੁੱਲੀਆਂ ਜੀਆਂ ਹਨ ਉਹ ਛੱਡਦੇ ਨੇ, ਚੜ ਜਾਤ ਗਗਨ ਕੀ ਓਰੇ, ਤੇ ਜਦੋਂ ਉਹਨੂੰ ਅੱਗ ਲਾਉਂਦੇ ਨੇ ਤੇ ਆਕਾਸ਼ ਦੇ ਵਿੱਚ ਉਹ ਤੈਰਦੀ ਹੋਈ ਜਾਂਦੀ ਹੈ। ਝਾਰ ਮਤਾਬੀ ਬਾਰੀ, ਤੇ ਇਸ ਤਰ੍ਹਾਂ ਫਿਰ ਝਾਰ ਬਾਲਦੇ ਹਨ ਮਤਾਬੀਆਂ, ਇਹ ਚਾਨਣ ਜਿਹਾ ਕਰਦੀਆਂ ਵੀ ਪ੍ਰਕਾਸ਼ ਜਿਹੀਆਂ, ਜਿਵੇਂ ਫੁੱਲ ਝੜੀਆਂ ਜਿਹੀਆਂ ਕਹਿ ਲਓ ਵੀ ਚੰਗਿਆਲੇ ਜੇ ਨਿਕਲਦੇ ਆ, ਪ੍ਰਕਾਸ਼ ਜਿਹਾ ਨਿਕਲਦਾ, ਐਵੇਂ ਮਤਾਬੀਆਂ ਝਾਰ ਬਾਲਦੇ ਹਨ। ਜਨ ਫੁੱਲ ਰਹੀ ਫੁਲਵਾਰੀ, ਜਦੋਂ ਉਹਨੂੰ ਅੱਗ ਲਾਉਂਦੇ ਆ ਤੇ ਐਵੇਂ ਉਹ ਪ੍ਰਕਾਸ਼ ਦੀ ਹੈ ਵੀ ਜਿਵੇਂ ਕੋਈ ਬਹੁਤ ਸੋਹਣੀ ਫੁੱਲਾਂ ਦੀ ਬਗੀਚੀ ਜਿਹੜੀ ਹੈ ਉਹ ਫੁੱਲਾਂ ਦੇ ਸਹਿਦ ਖਿੜ ਰਹੀ ਹੋਵੇ। ਛੂਟਤ ਸ਼ਬਦ ਉਠਾਲੇ, ਤੇ ਕਈ ਫਿਰ ਆ ਜਿਹੜੇ ਸ਼ਬਦ ਆਵਾਜ਼ ਜੀ ਵਾਲੇ ਪਟਾਕੇ ਦੇ ਬੰਬ ਜੇ ਚਲਾਉਂਦੇ ਨੇ, ਜਦੋਂ ਚਲਾਉਂਦੇ ਆ ਤੇ ਬੜਾ ਜਿਹੜਾ ਵਾਤਾਵਰਨ ਆਕਾਸ਼ ਆ ਗੂੰਜ ਉੱਠਦਾ ਹੈ। ਚਰਖੀ ਭਰਮਤ ਵਸਾਲੇ, ਤੇ ਕੋਈ ਚਰਖੀਆਂ ਜੀਆਂ ਲੈ ਕਰਕੇ ਉਹਨੂੰ ਚਲਾਉਂਦਾ ਹੈ ਜੋ ਭਰਮਦੀਆਂ ਨੇ, ਜਦੋਂ ਘੁੰਮਦੀਆਂ ਹਨ ਤਾਂ ਪ੍ਰਕਾਸ਼ ਦੇ ਨਾਲ ਬੜੀਆਂ ਸੋਹਣੀਆਂ ਫੱਬਦੀਆਂ ਨੇ ਚਰਖੜੀਆਂ। ਵੱਡ ਕਰਤ ਜੋਰ ਵਿਦ ਨਾਨਾ, ਸੋ ਇਸ ਪ੍ਰਕਾਰ ਦੇ ਨਾਲ ਜੋੜ ਕੇ ਕਈ ਤਰ੍ਹਾਂ ਦੇ ਪਹਿਲਾਂ ਬਣਾਉਂਦੇ ਹੁੰਦੇ ਸਨ ਪੁਰਾਣੇ ਸਮੇਂ ਦੇ ਵਿੱਚ, ਕਿਸੇ ਨੂੰ ਸ਼ੇਰ ਜਿਹਾ ਬਣਾ ਕੇ ਅਤੇ ਉਹ ਪਿੱਛੇ ਅੱਗ ਲਾਉਣੀ ਦੀ ਉਹ ਅੱਗੇ ਨੂੰ ਜਾਣਾ, ਜਾਂ ਕਿਸੇ ਨੂੰ ਮੋਰ ਜਿਹਾ ਬਣਾ ਦੇਣਾ, ਇਸ ਤਰ੍ਹਾਂ ਦੇ ਕਈ ਪਟਾਕਿਆਂ ਦੇ ਰੰਗ ਰੂਪ ਜੇ ਬਣਾਉਂਦੇ ਸਨ। ਅਤੇ ਇਸ ਤਰ੍ਹਾਂ ਨਾਨਾ ਤਰ੍ਹਾਂ ਦੇ ਜਿਹੜੇ ਪਟਾਕੇ ਆਤਿਸ਼ਬਾਜ਼ੀ ਹੈ ਚਲਾ ਰਹੇ ਨੇ। ਇਸ ਤਰ੍ਹਾਂ ਬੜਾ ਕੀ ਕੌਤਕ ਹੋਇਆ ਬਰਾਤ ਦੇ ਤੁਰਦੇ ਸਮੇਂ ਜਦੋਂ ਭੋਜਨ ਛਕਣ ਗਏ ਨੇ, ਆਤਿਸ਼ਬਾਜ਼ੀ ਚੱਲਦੀ ਵੇਖ ਕੇ ਸਾਰੇ ਹੀ ਮਾਈ ਭਾਈ ਬੜੇ ਆਨੰਦ ਵਿੱਚ ਆ ਰਹੇ ਨੇ, ਤੇ ਸਾਧ ਸੰਗਤ ਬਹੁਤ ਸਾਰੀ ਭੀੜ ਇੱਕ ਥਾਂ ਤੇ, ਜਿਹੇ ਕਿਸੇ ਜਿੱਥੇ ਕਿੱਥੇ ਵੀ ਕਰਤਾਰਪੁਰ ਦੀ ਗੱਲ ਕਰੋ, ਭੀੜ ਬਹੁਤ ਸਾਰੇ ਲੋਕ ਘਰਾਂ ਚੋਂ ਬਾਹਰ ਨਿਕਲ ਆਏ। ਚਲ ਸਨੈ ਸਨੈ ਗੁਰ ਧੀਰਾ, ਸੋ ਇਸ ਤਰ੍ਹਾਂ ਧੀਰ ਜਵਾਨ ਸਤਿਗੁਰੂ ਸਹਿਜੇ ਸਹਿਜੇ ਲੋਕਤ ਚਲਤ ਪਰ ਵੀਰਾ, ਕਹਿੰਦੇ ਵੀ ਇਹ ਜਿੰਨੇ ਵੀ ਕੌਤਕ ਹੋ ਰਹੇ ਹਨ ਮਹਾਰਾਜ ਸਾਹਿਬ ਮਹਾਰਾਜ ਦੇ ਸੂਰਮੇ ਮਹਾਨ ਪੁਰਖ ਇਹ ਜਿੱਥੇ ਬਰਾਤ ਬੈਠੀ ਸੀ ਉੱਥੋਂ ਜਾ ਰਹੇ ਨੇ, ਲਾਲ ਚੰਦ ਜੀ ਦੇ ਘਰ ਵੱਲ ਆਤਿਸ਼ਬਾਜ਼ੀ ਚੱਲਦੀ ਹੋਈ ਵੇਖਦੇ ਜਾਂਦੇ ਹਨ। ਲਾਲ ਚੰਦ ਕੇ ਜਾਈ, ਲਾਲ ਚੰਦ ਜੀ ਦੇ ਘਰ ਵਿੱਚ ਜਦ ਪਹੁੰਚ ਗਏ, ਗਨ ਪੰਗਤ ਕਰ ਬੈਠਾਈ, ਪਹਿਲੇ ਸਾਰੀ ਬਰਾਤ ਪੰਗਤ ਕਰਕੇ ਬਿਠਾ ਦਿੱਤੀ। ਇਹੀ ਮਰਿਆਦਾ ਹੁੰਦੀ ਸੀ ਵੀ ਪੰਗਤਾਂ ਵਿੱਚ ਹੀ ਬਰਾਤ ਨੂੰ ਬਿਠਾਉਂਦੇ ਸਨ। ਆ ਹੁਣ ਹੀ ਇਹ ਨਵਾਂ ਜਿਹਾ ਹੋਇਆ ਵੀ ਇਹ ਖੁਰਲੀ ਜੀ ਇੱਕ ਥਾਂ ਦੇ ਜਿਹੜੇ ਹਨ ਇਕੱਠੇ ਕਰ ਦਿੰਦੇ ਨੇ ਤੇ ਵੀ ਇਸੇ ਖਲੋ ਕੇ ਖਾਓ। ਇੱਕ ਤਾਂ ਡਾਕਟਰੀ ਮਰਿਆਦਾ ਵੀ ਇਹ, ਡਾਕਟਰ ਵੀ ਕਹਿੰਦੇ ਵੀ ਭੋਜਨ ਬਹਿ ਕੇ ਖਾਣਾ ਚਾਹੀਦਾ, ਖਲੋ ਕੇ ਖਾਧਾ ਜਿਹੜਾ ਹੈ ਨਾ ਸਰੀਰ ਨੂੰ ਠੀਕ ਨਹੀਂ। ਦੂਜਾ ਗੁਰੂ ਘਰ ਦੀ ਮਰਿਆਦਾ ਹੈ, ਬੜੇ ਦੁੱਖ ਦੀ ਗੱਲ ਹੈ ਵੀ ਅਨੇਕਾਂ ਗੁਰੂ ਘਰਾਂ ਦੇ ਵਿੱਚ ਵੀ ਵਿਆਹ ਹੁੰਦੇ ਨੇ, ਸ਼ਹਿਰਾਂ ਨਗਰਾਂ 'ਚ ਇੱਧਰ ਕਈ ਥਾਵਾਂ 'ਤੇ ਵਿਚਰਨ ਦਾ ਮੌਕਾ ਮਿਲਿਆ ਚੰਡੀਗੜ੍ਹ, ਭਾਵੇਂ ਗੁਰੂ ਸਾਹਿਬ ਦੇ ਘਰ ਹੀ ਨੇ, ਉੱਥੇ ਵੀ ਸਾਧ ਸੰਗਤ ਐਵੇਂ ਟੇਬਲਾਂ 'ਤੇ ਵਰਤਾਉਂਦੇ ਆ, ਨਾ ਕੋਈ ਪ੍ਰਬੰਧ ਹੈ ਅਤੇ ਨਾ ਕੋਈ ਮੰਨਦਾ ਹੈ। ਇਸ ਤਰ੍ਹਾਂ ਕਹਿੰਦੇ ਵੀ ਅਸੀਂ ਤਾਂ ਸਰਦਾਰ ਹੈ, ਵੀ ਖਲੋ ਕੇ ਸਰਦਾਰ ਖਾਂਦੇ ਹੈ, ਵੀ ਤੁਸੀਂ ਇੱਕ ਦਿਨ ਖਾਂਦੇ ਸਰਦਾਰ ਹੈ, ਪਸ਼ੂ ਤਾਂ ਨੇਤੀ ਖਲੋ ਕੇ ਖਾਂਦੇ, ਫਿਰ ਵੱਡੇ ਅਤੇ ਸਰਦਾਰ ਉਹ ਡੰਗਰ ਹੋਏ ਨਾ, ਵੀ ਉਹ ਤਾਂ ਨੇਤੀ ਖਲੋ ਕੇ ਖੁਰਲੀ ਤੋਂ ਖਾਂਦੇ ਹੈ, ਅਤੇ ਇੱਕ ਦਾਣ ਖਾਣ ਵਾਲਾ ਖਲੋ ਕੇ ਸਰਦਾਰ ਕਿਵੇਂ ਹੋ ਗਿਆ? ਪਸ਼ੂਆਂ ਵਾਲੇ ਕਿਰਤ ਹੈ। ਹੁਣ ਵੀ ਤਾਂ ਆਹ ਵੇਖੋ ਆਹ ਮਾਹੌਲ ਜਿਹਾ ਬਣਿਆ ਹੈ, ਅਤੇ ਜਿਹੜੀ ਦੁਨੀਆ ਦੀ ਸਾਰਿਆਂ ਨੂੰ ਸਿਹਤ ਦੀ ਸੁਝਾਅ ਦੇਣ ਵਾਲੀ ਸੰਗਤ ਹੈ ਨਾ, ਸਾਰ ਸੰਸਥਾ ਉਹ WHO
ਉਹ ਵੀ ਕਹਿੰਦੇ ਆ ਵੀ ਭੋਜਨ ਆਪਣੇ ਘਰ ਵਿੱਚ ਵੀ ਵੱਖੋ ਵੱਖ ਹੀ ਪਾ ਕੇ ਖਾਓ, ਇੱਕੇ ਸ਼ਾਬੇ ਨੂੰ ਸਾਰੇ ਭੋਜਨ ਨਾ ਖਾਓ। ਹੁਣ ਇਹ ਸੰਸਥਾ ਦੁਨੀਆ ਦੀ ਉਹ ਕਹਿ ਰਹੀ ਹੈ ਜਿਹੜੀ ਸਿਹਤ ਸੰਭਾਲ ਵਾਸਤੇ ਸਿੱਖਿਆ ਦਿੰਦੀ ਹੈ ਦੁਨੀਆ ਦੇ ਦੇਸ਼ਾਂ ਨੂੰ, ਅਤੇ ਦੇਸ਼ ਫਿਰ ਲਾਗੂ ਕਰਦੇ ਆਪਣੀ ਪ੍ਰਜਾ 'ਤੇ। ਅਤੇ ਜੇ ਅਸੀਂ ਗੁਰੂ ਮਹਾਰਾਜ ਦੀ ਮੰਨਦੇ ਤਾਂ ਸਤਿਗੁਰਾਂ ਦੀ ਤਾਂ ਪਹਿਲਾਂ ਹੀ ਮਰਿਆਦਾ ਹੈ ਵੀ ਕਦੀ ਵੀ ਇੱਕ ਚੰਗੇਰ 'ਚ ਸਾਰਿਆਂ ਹੱਥ ਨਹੀਂ ਮਾਰਨਾ। ਇੱਕ ਸਿੱਖ ਵਰਤਾਵੇ ਪਰਿਵਾਰ ਵਿੱਚੋਂ ਵੀ ਹੋਵੇ ਭਾਵੇਂ ਘਰੇ ਵੀ ਹੋਵੇ, ਬਾਕੀ ਛਕੋ ਵਾਰੀ ਵਾਰੀ। ਫਿਰ ਹੱਥ ਜਿਹੜਾ ਹੈ ਕਹਿਣਾ ਵੀ ਜਿਵੇਂ ਪ੍ਰਸ਼ਾਦਾ ਸਿੰਘ ਵਰਤਾਉਂਦੇ ਨਾ, ਅਤੇ ਕਈਆਂ ਕਹਿਣਾ ਵੀ ਲੈ ਅਸੀਂ ਡੰਗਰ ਹੈ ਦੂਰੋਂ ਹੀ ਸੁੱਟ ਦਿੰਦੇ ਹੈ। ਹੁਣ ਸਾਲ ਸੰਗਤ ਰੋਟੀਆਂ ਧੋ ਕੇ ਵੀ ਖਾਣ ਨੂੰ ਤਿਆਰ ਹੋਏ ਆ, ਲੋਕ ਇੰਨੇ ਡਰੇ ਆ। ਹੁਣ ਵੀ ਤਾਂ ਉਹ ਪਤਾ ਲੱਗ ਹੀ ਰਿਹਾ ਨਾ ਵੀ ਇਹ ਸਭ ਕੁਝ ਹਮੇਸ਼ਾ ਸਾਡੇ ਜੀਵਨ 'ਚ ਚੱਲੇ। ਪ੍ਰਸ਼ਾਦਾ ਜਦੋਂ ਕਿਸੇ ਨੂੰ ਵਰਤਾਉਣਾ ਹੈ ਉਹਦੇ ਨਾਲ ਹੱਥ ਨਾ ਲੱਗੇ, ਕਿਉਂਕਿ ਪਤਾ ਲੱਗ ਗਿਆ ਵੀ ਜੇ ਕਿਸੇ ਦੇ ਅੰਦਰ ਕੋਈ ਰੋਗ ਹੈ ਉਹ ਛੂਹਣ ਦੇ ਨਾਲ ਦੂਸਰੇ 'ਚ ਆ ਜਾਂਦਾ ਹੈ ਬਿਮਾਰੀ। ਇਸ ਤਰ੍ਹਾਂ ਬਰਤਨ ਜਿਹੜੇ ਹਨ ਸਾਰਿਆਂ ਦੇ ਵੱਖਰੇ ਵੱਖਰੇ ਹੋਣ, ਇਹਦੇ ਨਾਲ ਇੱਕ ਸਾਡੇ ਗੁਰੂ ਸਾਹਿਬ ਦੀ ਮਰਿਆਦਾ ਵਿੱਚ ਅਸੀਂ ਰਵਾਂਗੇ, ਦੂਜਾ ਡਾਕਟਰੀ ਸਾਇੰਸ ਜਿਹੜੀ ਉਹ ਵੀ ਇਹੀ ਕਹਿੰਦੀ ਹੈ, ਅਤੇ ਤੀਸਰਾ ਇਹਦੇ ਨਾਲ ਸਾਡਾ ਹੀ ਭਲਾ ਹੈ, ਕੋਈ ਨੁਕਸਾਨ ਤਾਂ ਨਹੀਂ ਹੈ ਨਾ। ਸੋ ਇਸ ਤਰ੍ਹਾਂ ਇਹ ਸੋਚਣਾ ਚਾਹੀਦਾ ਸਾਨੂੰ, ਇਹ ਜਿਹੜਾ ਝੂਠਾ ਜਿਹਾ ਨੱਕ ਰੱਖਣ ਵਾਸਤੇ ਕਹਿੰਦੇ ਵੀ ਟੇਬਲਾਂ 'ਤੇ ਖਾਣਾ, ਹੁਣ ਨਹੀਂ ਖਾਂਦੇ, ਹੁਣ ਤਾਂ ਸਾਰਾ ਕੁਝ ਕਰਕੇ ਬੰਦ ਹੀ ਬੈਠੇ ਆ ਨਾ ਸਾਰੇ, ਹੁਣ ਨਹੀਂ ਪੈਲਸ ਚੱਲਦੇ ਪੈਲਸਾਂ। ਜੇ ਕਿਸੇ ਦਾ ਵਿਆਹ ਦਾ ਦਿਨ ਮਿਥਿਆ ਵੀ ਹੈ, ਚਾਰ ਕੁ ਜਾਣੇ ਜਾਂਦੇ ਹੈ ਅਤੇ ਵਿਆਹ ਕਰਕੇ ਆ ਜਾਂਦੇ ਆ, ਕਈ ਖਬਰਾਂ ਆਉਂਦੀਆਂ ਨੇ, ਤਾਂ ਹੁਣ ਵੀ ਤਾਂ ਜਾਂਦੇ ਹੀ ਹੈ ਨਾ, ਮਜਬੂਰੀ ਨੂੰ ਵੀ ਤਾਂ ਚੰਗੇ ਪਾਸੇ ਲੱਗਦੇ ਹੀ ਹੈ, ਅਤੇ ਇਹ ਇਸ ਪਾਸੇ ਅਸੀਂ ਸਦਾ ਹੀ ਕਿਉਂ ਨਹੀਂ ਲੱਗ ਸਕਦੇ ਜੇ ਗੁਰੂ ਦੀ ਖੁਸ਼ੀ ਲੈਣੀ ਹੈ। ਇਹ ਸਾਧ ਸੰਗਤ ਗੁਰੂ ਦੀ ਖੁਸ਼ੀ ਲੈਣ ਲਈ ਸਦਾ ਹੀ ਚੰਗੇ ਪਾਸੇ ਲੱਗੀਏ। ਇਹ ਸਾਰੇ ਹੁਣ ਖਰਚਿਆਂ ਤੋਂ ਵੀ ਬਚੇ ਹੈ, ਜਿਨ੍ਹਾਂ ਦੇ ਵਿਆਹ ਹੋਏ ਹੋਣਗੇ ਪ੍ਰੋਗਰਾਮ, ਕਰਜ਼ਿਆਂ ਤੋਂ ਵੀ ਬਚੇ ਹੈ, ਅਤੇ ਫਿਰ ਇਹ ਵਾਧੂ ਦੇ ਸ਼ੋਰ ਸ਼ਰਾਬੇ ਪੈਲਸਾਂ ਦੀ ਵਾਧੂ ਜਿਹੜੀ ਇਹ ਲੋਕ ਵਿਖਾਵਾ, ਇਹ ਸਭ ਚੀਜ਼ਾਂ ਤੋਂ ਬਚੇ ਹੀ ਹੈ ਨਾ। ਹੁਣ ਵੀ ਇਹ ਚੱਲਣਾ ਹੀ ਹੈ ਜੇ ਕੰਮ, ਇਹ 6 ਮਹੀਨੇ ਤਾਂ ਨਹੀਂ ਕਿਸੇ ਨੂੰ ਖੋਲ੍ਹਣ ਦਿੰਦੇ ਇਸ ਤਰ੍ਹਾਂ। ਅਤੇ ਇਹ ਇੱਦਾਂ ਸਾਨੂੰ ਮਹਾਰਾਜ ਸਾਹਿਬ ਦੀ ਮਰਿਆਦਾ 'ਚ ਰਹਿਣਾ ਹੀ ਚਾਹੀਦਾ ਸਾਨੂੰ, ਫਿਰ ਔਖਿਆਈ ਨਾ ਕੋਈ ਆਵੇ। ਅਤੇ ਔਖਿਆਈ ਉਹਨਾਂ ਨੂੰ ਆਉਂਦੀ ਜਿਨ੍ਹਾਂ ਦੀ ਆਦਤ ਵਿਗੜੀ ਹੋਵੇ ਹਮੇਸ਼ਾ ਰਹੋ ਵਿਚਾਰ। ਸੋ ਇਸ ਤਰ੍ਹਾਂ ਬਰਾਤ ਜਿੰਨੀ ਵੀ ਗਈ ਹੈ ਸਾਰਿਆਂ ਦੀਆਂ ਪੰਗਤਾਂ ਲਵਾਤੀਆਂ, ਵੀ ਬੈਠ ਜਾਓ ਪੰਗਤਾਂ ਦੇ ਵਿੱਚ, ਇੱਥੇ ਭੋਜਨ ਛਕਾਈਏ ਤੁਹਾਨੂੰ, ਚੰਦਨ ਚੌਂਕੀ ਚਾਰੂ। ਅਤੇ ਕਹਿੰਦੇ ਵੀ ਬੜੀ ਸੋਹਣੀ ਚੰਦਨ ਦੀ ਚੌਂਕੀ ਬੈਠਣ ਵਾਸਤੇ ਮਹਾਰਾਜ ਸਾਹਿਬ ਜੀ ਦੇ ਚਰਾਸਰ ਤੇ ਸਪਰ ਡਾਰੂ, ਤੇ ਸੋਹਣਾ ਉੱਤੇ ਆਸਣ ਵਿਛਾ ਕੇ ਵਸਾਈ ਵੀ ਚੰਗੀ ਕਰ ਦਿੱਤੀ ਹੈ, ਸੋਹਣੀ ਚੌਂਕੀ ਹੈ ਅਤੇ ਰੁਚਰ ਆਸਣ, ਰੁਚੀ ਅਨੁਸਾਰ ਜਿੰਨਾ ਕੋਈ ਉੱਥੇ ਆਸਣ ਵਸਾਉਣਾ ਬਣਦਾ ਸੀ ਗੱਦਾ ਉਹ ਵੀ ਵਸਾ ਦਿੱਤਾ ਹੈ। ਸਨਮਾਨ ਗੁਰੂ ਬੈਠਾਏ, ਬੇਨਤੀ ਕਰਕੇ ਸਨਮਾਨ ਨਾਲ ਗੁਰੂ ਤੇ ਵਾਹਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਉਸ ਚੰਦਨ ਦੀ ਚੌਂਕੀ ਦੇ ਉੱਤੇ ਉੱਚੇ ਆਸਣ ਤੇ ਬਿਠਾਇਆ ਹੈ, ਬਾਕੀ ਸੰਗਤ ਪੰਗਤ ਵਿੱਚ ਬੈਠੀ ਹੈ। ਧਿਆਉਣ ਕੋ ਜਲ ਲਿਆਏ, ਇਹ ਜਿਹੜੇ ਸਿੱਖ ਪਹਿਲਾਂ ਹੀ ਮਹਾਰਾਜ ਸਾਹਿਬ ਨੂੰ ਭੋਜਨ ਵਰਤਾਉਣ ਦਾ, ਜਿਨ੍ਹਾਂ ਨੂੰ ਪਤਾ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਕਿਹੜੀ ਮਰਿਆਦਾ 'ਚ ਭੋਜਨ ਛਕਦੇ ਹੈ, ਕਿਵੇਂ ਨਿਯਮ 'ਚ ਰਹਿੰਦੇ ਹੈ, ਉਹ ਸਿੱਖ ਪਹਿਲਾਂ ਹੀ ਅੱਗੇ ਆ ਗਏ ਅਤੇ ਉਹ ਜਲ ਵਰਤਾਇਆ ਮਹਾਰਾਜ ਸਾਹਿਬ ਜੀ ਦਾ ਭੋਜਨ ਛਕਣ ਤੋਂ ਪਹਿਲਾਂ। ਫਿਰ ਮਹਾਰਾਜ ਸਾਹਿਬ ਜੀ ਦੇ ਅੱਗੇ ਸਾਧ ਸੰਗਤ ਜੀ ਥਾਲ ਰੱਖੇ ਗਏ, ਪਕਵਾਨ ਅਨੇਕ ਪ੍ਰਕਾਰੀ, ਜਿਹਦੇ ਵਿੱਚ ਅਨੇਕ ਪ੍ਰਕਾਰ ਦੇ ਜਿਹੜੇ ਪਕਵਾਨ ਹਨ,
ਕਈ ਤਰ੍ਹਾਂ ਦੇ ਪਦਾਰਥ ਰੱਖੇ, ਬੜੇ ਸੁੰਦਰ ਰਸਦਾਇਕ ਭੋਜਨ ਜਿਹੜੇ ਹਨ ਦਿੱਤੇ ਨੇ ਬਰਾਤ ਵਾਸਤੇ, ਸਾਰੀ ਬਰਾਤ ਗੁਰੂ ਸਾਹਿਬ ਦੇ ਸਹਿਤ ਰਸ ਦੇ ਨਾਲ ਰੁਚੀ ਅਨੁਸਾਰ ਭੋਜਨ ਛਕ ਰਹੀ ਹੈ। ਮਨ ਭਾਵਤ ਅਚ ਤ੍ਰਿਪਤਾਏ, ਮਨ ਭਾਉਂਦੇ, ਮਨ ਭਾਉਂਦਾ ਭਾਵ ਜਿੰਨੀ ਲੋੜ ਸੀ ਉਹਨਾਂ ਰੱਜ ਕੇ ਐਨ ਤ੍ਰਿਪਤ ਹੋ ਗਏ। ਜਦੋਂ ਪਾਨ ਪਖਾਰ ਸਬਾਏ, ਉਹਨੂੰ ਪੁਨਾ ਭੋਜਨ ਛਕ ਕੇ ਫਿਰ ਸਾਰਿਆਂ ਦੇ ਹੱਥ ਧਵਾਏ। ਵੇਖੋ ਇਹੀ ਮਰਿਆਦਾ, ਪਹਿਲਾਂ ਵੀ ਜਲ ਵਰਤ ਆਇਆ ਤੇ ਬਾਅਦ ਵਿੱਚ ਫਿਰ ਸਾਰਿਆਂ ਦੇ ਹੱਥ ਸਾਫ ਕਰਾਏ ਹਨ। ਤਨ ਡਰ ਝੂਠ ਮਹਿ ਆਏ, ਤੇ ਜਿਹੜਾ ਹੁੰਦਾ ਵੀ ਵਰਤਾਵਿਆਂ ਨੂੰ ਵੀ ਕੋਈ ਝਾਕ ਹੁੰਦੀ ਹੈ ਵੀ ਸਾਨੂੰ ਵੀ ਕੁਝ ਮਿਲੇ ਲਾਂਗਰੀਆਂ ਨੂੰ, ਤਾਂ ਉਹ ਫਿਰ ਜਿੰਨੇ ਜਿੰਨੇ ਜਿਸ ਥਾਲ 'ਚ ਭੋਜਨ ਛਕਿਆ ਥੋੜੀ ਥੋੜੀ ਮਾਇਆ ਉਹਦੇ ਵਿੱਚ ਪਾ ਕੇ ਆ ਗਏ। ਡੇਰੇ ਵਿਖੇ ਸੁਹਾਏ, ਆਪ ਜਿੱਥੇ ਜੰਝ ਘਰ ਜਿੱਥੇ ਡੇਰਾ ਲੱਗਾ ਸੀ ਬਰਾਤ ਦੇ ਠਹਿਰਨ ਵਾਸਤੇ ਉੱਥੇ ਆ ਕੇ ਸ਼ੋਭਨੀਕ ਹੋਏ ਸਤਿਗੁਰੂ। ਸ਼ਡੂਡ ਜਾਮ ਜਬ ਬੀਤੀ, ਇਵੇਂ ਡੇਢ ਕੁ ਪਹਿਰ ਫਿਰ ਜਦੋਂ ਕਹਿੰਦੇ ਰਾਤ ਬਤੀਤ ਹੋ ਗਈ ਅੰਮ੍ਰਿਤ ਵੇਲੇ ਦੇ ਸਮੇਂ, ਲਾਵਾਂ ਦੇਣ ਸੋ ਪ੍ਰੀਤੀ, ਲਾਵਾਂ ਦੇਣ ਵਾਸਤੇ ਪ੍ਰੀਤੀ ਕੀਤੀ ਵੀ ਚਲੋ ਹੁਣ ਸਮਾਂ ਹੋ ਗਿਆ ਹੈ। ਪਠ ਕਰ ਗੁਰੂ ਬੁਲਾਏ, ਚੰਗੇ ਸਿਆਣੇ ਜੇ ਮਨੁੱਖ ਭੇਜ ਕੇ ਲਾਲ ਚੰਦ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿਹਾ ਵੀ ਸਤਿਗੁਰੂ ਆਓ ਆਪ ਆਪਣੇ ਪੁੱਤਰ ਨੂੰ ਲੈ ਕੇ। ਸਮਾਂ ਤੁਰਤ ਚਲੇ ਆਏ, ਤੇ ਮਹਾਰਾਜ ਸਾਹਿਬ ਜੀ ਦੇ ਕੋਲੋਂ ਜਦੋਂ ਸੁਨੇਹਾ ਗਿਆ ਤੇ ਤੁਰੰਤ ਹੀ ਸਤਿਗੁਰੂ ਜੀ ਚੱਲ ਕੇ ਆ ਗਏ ਹਨ। ਸ੍ਰੀ ਤੇਗ ਬਹਾਦਰ ਬੈਸੇ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਉੱਥੇ ਆਣ ਕਰਕੇ ਬੈਠ ਗਏ ਨੇ, ਕਿਉਂਕਿ ਕਰਤਾਰਪੁਰ ਹੀ ਸੀ ਨਾ ਗੁਰੂ ਗ੍ਰੰਥ ਸਾਹਿਬ ਜੀ ਦਾ, ਜੋ ਪੋਥੀ ਸਾਹਿਬ ਦੇ ਰੂਪ ਵਿੱਚ ਸਰੂਪ ਤੇ ਪ੍ਰਕਾਸ਼ ਪਹਿਲਾਂ ਹੀ ਮਹਾਰਾਜ ਸਾਹਿਬ ਦੇ ਸੂਰਮਿਆਂ ਨੇ ਕੀਤਾ, ਇਹ ਤਿਆਰੀ ਕੀਤੀ ਹੈ, ਤੇ ਜਿੱਥੇ ਪ੍ਰਕਾਸ਼ ਹੋਇਆ ਨਮਸਕਾਰ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬੈਠ ਗਏ। ਜਿੱਥੇ ਵਿਆਹ ਵਾਸਤੇ ਬੜਾ ਸੋਹਣਾ ਥਾਂ ਬਣਾਇਆ ਗਿਆ ਹੈ, ਤੇ ਫਿਰ ਜਥਾ ਯੋਗ ਜੋ ਧਨ ਕੋਈ ਨਿਯਮ ਕੋਈ ਮਰਿਆਦਾ ਵੀ ਵਿਆਹ ਤੋਂ ਪਹਿਲਾਂ ਕੋਈ ਦਾਨ ਦੇਣਾ ਉਹ ਦੇ ਕਰਕੇ ਗੁਜਰੀ ਕੋਲ ਆਏ, ਤੇ ਫਿਰ ਸ੍ਰੀ ਗੁਜਰੀ ਜੀ ਨੂੰ ਵੀ ਲੈ ਕਰਕੇ ਆ ਗਏ। ਇਸ ਬਾਮ ਵਿਖੇ ਬੈਠਾਏ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸੱਜੇ ਪਾਸੇ ਸ੍ਰੀ ਮਾਤਾ ਗੁਜਰੀ ਜੀ ਨੂੰ ਬਿਠਾਇਆ। ਨਿਜ ਬਚਦੇ ਫਿਰ ਕਰ ਫੇਰੇ, ਇਸ ਪ੍ਰਕਾਰ ਦੇ ਨਾਲ ਗੁਰੂ ਸਾਹਿਬ ਜੀ ਦੀ ਆਗਿਆ ਦੇ ਨਾਲ ਲਾਵਾਂ ਦੀ ਆਰੰਭਤਾ ਹੋ ਗਈ। ਸਭ ਲਾਗ ਦਿਓ ਤੇ ਸਵੇਰੇ, ਇਸ ਤਰ੍ਹਾਂ ਸਾਧ ਸੰਗਤ ਵਾਰੀ ਵਾਰੀ ਚੌਹਾਂ ਲਾਵਾਂ ਦਾ ਪਾਠ ਹੋਇਆ ਅਤੇ ਵਿਆਹ ਹੋਇਆ। ਮੇਰੇ ਬਾਬਲਾ ਇਹ ਰਬਾਬੀ ਮਹਾਰਾਜ ਨਾਲ ਹੀ ਰਹਿੰਦੇ ਸਨ ਜਾਂ ਆਨੰਦ ਭਇਆ ਮੇਰੀ ਮਾਏ। ਅਖੀਰ ਦੇ ਵਿੱਚ ਇਹ ਸਾਰੇ ਜਿਹੜੇ ਸ਼ਬਦ ਪੜ੍ਹੇ ਹਨ, ਰੀਤ ਜਤੋਂ ਚਿਤ ਸਾਰੀ, ਸਾਰੀ ਮਰਿਆਦਾ ਆਨੰਦ ਕਾਰਜ ਦੀ ਕਰਮ ਤੋਂ ਬਾਅਦ ਚੱਲ ਆਏ ਡੇਰ ਮਝਾਰੀ, ਜਿੱਥੇ ਡੇਰਾ ਲੱਗਾ ਸੀ ਆਨੰਦ ਕਾਰਜ ਹੋਇਆ ਤੇ ਆਨੰਦ ਕਾਰਜ ਤੋਂ ਬਾਅਦ ਕਵੀ ਜੀ ਕਹਿੰਦੇ ਵੀ ਡੇਰੇ ਵਿੱਚ ਆ ਗਏ। ਤਬ ਸੰਮਤ ਸੋਰੈ ਸਾਇਆ, ਤੇ ਜਦੋਂ ਵਿਆਹ ਹੋਇਆ ਉਦੋਂ ਤਰੀਕ ਕੀ ਸੀ? ਕਹਿੰਦੇ ਵੀ ਬਿਕਰਮੀ ਸੰਮਤ 1600 ਬਿਤ ਫਿਰ ਅਪਰ ਉਨਾਵਨ ਭਇਆ, ਤੇ ਬਿਤ ਅਵਰ ਉਨਾਨਮ ਭਇਆ, ਫੱਗਣ ਮਹੀਨਾ 9 ਦਿਨ ਗਿਆ 1699 ਬਿਕਰਮੀ ਸੰਮਤ, ਜਿਸ ਦਿਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਨੰਦ ਕਾਰਜ ਸ੍ਰੀ ਮਾਤਾ ਗੁਜਰੀ ਜੀ ਦੇ ਨਾਲ
ਲਾਲ ਚੰਦ ਜੀ ਦੇ ਗ੍ਰਹਿ ਕਰਤਾਰਪੁਰ ਵਿਖੇ ਗੁਰਾਂ ਦੀ ਆਗਿਆ ਨਾਲ ਸੰਪੂਰਨ ਹੋਏ। ਸੁਖਤ ਭਏ ਸੁਖ ਪਾਏ। ਫਿਰ ਪੁਨਾ ਕਹਿੰਦੇ ਵੀ ਰਾਤ ਰਹਿੰਦੀ ਸੀ ਆ ਕੇ ਤੇ ਵਿਸ਼ਰਾਮ ਕਰ ਲਿਆ। ਪ੍ਰਾਤੀ ਸਕਲ ਨਹਾਏ। ਸਾਰੀ ਬਰਾਤ ਉੱਠ ਕੇ ਫਿਰ ਇਸ਼ਨਾਨ ਕੀਤਾ ਏ। ਗੁਰ ਸ਼ਬਦ ਪਾਠ ਵੱਡ ਹੋਤਾ। ਗੁਰੂ ਸਾਹਿਬ ਜੀ ਦੀ ਬਾਣੀ ਦਾ ਪਾਠ ਹੋਣ ਲੱਗ ਪਿਆ। ਸੁਨ ਰਾਗ ਅਨੇਕ ਉਦੋਤਾ। ਅਨੇਕਾਂ ਤਰ੍ਹਾਂ ਦੇ ਰਾਗਾਂ ਚ ਪਾ ਕੇ ਰਬਾਬੀ ਬਾਣੀ ਗਾਉਂਦੇ ਨੇ ਤੇ ਸੁਣਨ ਵਾਲਿਆਂ ਨੂੰ ਬੜਾ ਆਨੰਦ ਹੁੰਦਾ, ਬਹੁਤਾ ਹੀ ਖੁਸ਼ ਹੁੰਦੇ ਹਨ। ਬਹੁ ਗਾਏ ਰਬਾਬੀ ਨੀਕੇ। ਇਸ ਤਰ੍ਹਾਂ ਬੜੇ ਨੀਕੇ ਬੜੇ ਸੋਹਣੇ ਰਬਾਬੀ ਕੀਰਤਨ ਕਰਦੇ ਹਨ। ਜਿਸ ਤੇ ਸੁਖ ਹੋਵਤ ਜੀ ਕੇ। ਜਿਸ ਤੋਂ ਸੁਣਨ ਵਾਲੇ ਦੇ ਜੀ ਨੂੰ ਕਹਿੰਦੇ ਸੁਖ ਹੋਵੇ, ਅੰਦਰ ਖਿੱਚ ਜੀ ਪੈਂਦੀ, ਐਸਾ ਆਨੰਦ ਜਿਹਾ ਹੁੰਦਾ ਹੈ ਜਦੋਂ ਪੜ੍ਹਦੇ ਹਨ ਚਿੜੀ ਚੌਕੀ ਪੁੱਫੀ ਵਗਣ ਬਹੁਤ ਤਰ੍ਹਾਂ ਦੇ ਅਚਰਜ ਰੂਪ ਸੰਤਨ ਰਜੇ ਨਾਨਕ ਨਾਮੈ ਰੰਗ ਭਾਵਨਾ ਦੇ ਨਾਲ ਪੜ੍ਹਦੇ ਹਨ। ਪੁਨ ਸਭਾ ਲਗੀ ਗੁਰ ਪਾਸੀ। ਉਹਨਾਂ ਦੀਵਾਨ ਸੱਜ ਗਿਆ। ਗੁਰੂ ਸਾਹਿਬ ਜੀ ਭਾਵੇਂ ਬਰਾਤ ਨਗਰ ਦੇ ਵਿੱਚ ਹੀ ਆ ਪਰ ਦੂਜੇ ਥਾਂ ਤੇ ਜਿੱਥੇ ਨਿਤ ਦੀਵਾਨ ਲੱਗਦਾ ਸੀ ਅੱਜ ਉੱਥੇ ਨਹੀਂ, ਜਿੱਥੇ ਬਰਾਤ ਠਹਿਰੀ ਉੱਥੇ ਹੀ ਸਭਾ ਲੱਗ ਗਈ। ਸਭਾਏ ਆਨੰਦ ਪ੍ਰਕਾਸ਼ੀ। ਸਾਰੇ ਹੀ ਭਾਵੇਂ ਉਹ ਸਾਧ ਸੰਗਤ ਲੜਕੀ ਵਾਲਿਆਂ ਵੱਲੋਂ ਮਾਤਾ ਜੀ ਵੱਲੋਂ ਭਾਵੇਂ ਬਰਾਤ ਨਾ ਗਏ, ਸਾਰੇ ਹੀ ਗੁਰਾਂ ਦੇ ਹਜ਼ੂਰ ਆ ਗਏ। ਜਿਤ ਕਿਤ ਤੇ ਜਾ ਚੱਕ ਆਏ। ਵਿਆਹ ਦਾ ਸੁਣ ਕੇ ਚਾਰ ਸਫੇਰਿਆਂ ਤੋਂ ਹੀ ਕਹਿੰਦੇ ਵੀ ਮੰਗਤੇ ਵੀ ਆ ਗਏ ਵੀ ਚਲੋ ਇਹਦੇ ਨਾਲ ਹੀ ਸਾਡਾ ਗੁਜ਼ਾਰਾ ਚੱਲਣਾ ਹੈ। ਜਸ ਗਾਵਤ ਧਨ ਕੋ ਪਾਏ। ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਮਹਾਰਾਜ ਦੇ ਸਾਹਿਬਜ਼ਾਦੇ ਸ੍ਰੀ ਤੇਗ ਬਹਾਦਰ ਸਾਹਿਬ ਦਾ ਜਸ ਗਾਉਂਦੇ ਆ, ਅਸੀਸਾਂ ਦਿੰਦੇ ਆ ਤੇ ਬਹੁਤਾ ਧਨ ਪਾਉਂਦੇ ਨੇ। ਸ੍ਰੀ ਸਤਿਗੁਰ ਹਰਗੋਬਿੰਦ। ਕਹਿੰਦੇ ਸ੍ਰੀ ਸ਼੍ਰੋਮਣੀ ਸੁਭਾਏ ਮਾਨ ਸਤਿਗੁਰੂ ਹਰਗੋਬਿੰਦ ਸਾਹਿਬ ਜੀ। ਸ਼ਬ ਪਾਵਤ ਭਏ ਬਿਲੰਦਮ। ਕਹਿੰਦੇ ਬੜੀ ਸੋਹਣੀ ਛਬੀ ਪਾ ਰਹੇ ਨੇ, ਬੜਾ ਮਹਾਰਾਜ ਜੀ ਦਾ ਉੱਥੇ ਜਸ ਹੋ ਰਿਹਾ ਏ। ਸੁਤ ਚਾਰੋਂ ਵੇਦ ਸਮਾਨਾ। ਚੌਵੇਂ ਸਾਹਿਬਜ਼ਾਦੇ ਐਵੇਂ ਆ ਵੀ ਜਿਵੇਂ ਵੇਦਾਂ ਨੇ ਅਵਤਾਰ ਧਾਰਿਆ ਹੋਵੇ। ਵਿੱਚ ਬ੍ਰਹਮਾ ਗਿਆਨ ਮਹਾਨਾ। ਮਹਾਰਾਜ ਵਿੱਚ ਐਵੇਂ ਸੁਭਾਏ ਮਾਨ ਨੇ ਵੀ ਜਿਵੇਂ ਬ੍ਰਹਮਾ ਗਿਆਨ ਦੇ ਰਿਹਾ ਹੋਵੇ ਸਾਰਿਆਂ ਨੂੰ। ਸੁਰ ਰਾਜ ਮਨੋ ਸੁਰ ਮਾਹੀ। ਜਾਂ ਦੂਜਾ ਦ੍ਰਿਸ਼ਟਾਂਤ ਦਿੰਦੇ ਆ ਵੀ ਦੇਵਤਿਆਂ ਦੇ ਵਿੱਚ ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਬੈਠੇ ਜਿਵੇਂ ਇੰਦਰ ਹੋਣ। ਸਿਰ ਚਮਰ ਵਿਸ਼ਾਲ ਟਰਾਹੀ। ਮਹਾਰਾਜ ਦੇ ਸੀਸ ਤੇ ਬਹੁਤ ਵੱਡਾ ਸੋਹਣਾ ਚਵਰ ਝੁੱਲ ਰਿਹਾ ਹੈ। ਕੋ ਕੋ ਵੱਡ ਕਹੋ ਸਮਾਜਾ। ਕਵੀ ਜੀ ਕਹਿੰਦੇ ਵੀ ਐਡਾ ਕਿਹੜਾ ਕਿਹੜਾ ਸਾਜੋ ਸਮਾਨ ਜਾਹੋ ਜਲਾਲ ਹੈ ਜਿਹੜਾ ਮੈਂ ਕਹਿ ਕੇ ਦੱਸਾਂ ਗੁਰੂ ਘਰ ਦਾ। ਵਿੱਚ ਸੁਭਾ ਸੁਭੈ ਮਹਾਰਾਜਾ। ਕਹਿੰਦੇ ਵੀ ਐਵੇਂ ਦੀਵਾਨ ਵਿੱਚ ਸੁਭੈ ਸ਼ੋਭਾ ਪਾ ਰਹੇ ਨੇ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ। ਇਹ ਤਾਂ ਭੋਜਨ ਬਹਰ ਬੁਲਾਏ। ਫਿਰ ਜਦੋਂ ਫਿਰ ਅੰਮ੍ਰਿਤ ਵੇਲੇ ਤੋਂ ਬਾਅਦ ਦੀਵਾਨ ਦੀ ਸਮਾਪਤੀ ਤੋਂ ਬਾਅਦ ਜੋ ਸਵੇਰ ਦੇ ਭੋਜਨ ਦਾ ਜਦੋਂ ਸਮਾਂ ਹੋਇਆ ਤਾਂ ਬਰਾਤ ਨੂੰ ਫਿਰ ਬੁਲਾਇਆ ਏ। ਮਗ ਪਰਤ ਪਾਵੜੇ ਛਾਏ। ਤੇ ਜਦੋਂ ਹੁਣ ਵਿਆਹ ਤੋਂ ਆਨੰਦ ਕਾਰਜ ਤੋਂ ਬਾਅਦ ਚੱਲੇ ਨੇ ਤੇ ਰਸਤੇ ਵਿੱਚ ਪਾਵੜੇ ਉੱਤੇ ਚੱਲਦੀ ਹੋਈ ਬਰਾਤ ਆ ਰਹੀ ਹੈ। ਐਵੇਂ ਥਾਣ ਜੇ ਹੁੰਦੇ ਸੀ ਕਹਿੰਦੇ ਲੰਮੇ ਜੇ ਉਹ ਦਰਜੀਆਂ ਕੋ ਹੁੰਦੇ ਵੀ ਇੱਕ ਵਿਛਾ ਦਿੰਦੇ ਉੱਤੇ ਬਰਾਤ ਜਾਂਦੀ, ਫਿਰ ਦੂਸਰੇ ਦੇ ਜਦੋਂ ਚੱਲਦੇ ਤੇ ਫਿਰ ਪਿਛਲਾ ਇਕੱਠਾ ਕਰਕੇ ਅੱਗੇ ਲੈ ਆਉਂਦੇ। ਐਵੇਂ ਸਨਮਾਨ ਜਿਹਾ ਕਰਦੇ ਜਿਵੇਂ ਹੁਣ ਕਲੀਨ ਜੇ ਵਿਛਾਉਂਦੇ ਨੇ ਅੱਗੇ ਟਾਟ ਜੇ ਜਿਵੇਂ ਵਿਛਾਏ ਹੁੰਦੇ, ਐਵੇਂ ਟਾਟ ਹੀ ਕਹਿ ਲਓ ਵੀ ਵਿਛਾ ਕੇ ਉਹਦੇ ਉੱਤੇ ਉੱਤੇ ਬਰਾਤ ਨੂੰ ਲਿਆਏ ਘਰ ਵਿੱਚ ਸਤਿਕਾਰ ਨਾਲ। ਘਰ ਪੰਗਤ ਥਿਤ ਸਮੁਦਾਇ। ਤੇ ਸਾਰਿਆਂ ਦੀ ਪੰਗਤ ਕਰਕੇ ਫਿਰ ਬਿਠਾ ਦਿੱਤਾ। ਗੁਰ ਚੌਂਕੀ ਪਰ ਦੁੱਤ ਪਾਈ। ਗੁਰੂ ਸਾਹਿਬ ਜੀ ਨੇ ਸੁੰਦਰ ਚੌਂਕੀ ਦੇ ਉੱਤੇ ਬਹੁਤ ਸ਼ੋਭਾ ਪਾਈ ਹੈ। ਬਰ ਨੁਗਦੀ ਮੋਦਕ ਵਰਿੰਦਾ। ਕਹਿੰਦੇ ਬਰ ਨੁਗਦੀ ਬੂੰਦੀ ਚੰਗੀ ਦੇਸੀ ਘਿਓ ਵਿੱਚ ਚੰਗੇ ਲੱਡੂ ਜਿਹੜੇ ਨਿਕਲੇ ਹੋਏ ਬਣਾਏ ਹੋਏ ਸਨ। ਤਰ ਅਗਰ ਜਲੇਬ ਬਿਲੰਦਾ। ਤੇ ਅੱਗੇ ਜਲੇਬ
ਸੇਬ ਜਿਹੜੇ ਕੱਢੇ ਨੇ, ਜੋ ਵੀ ਮਸਥਾਨ, ਇਹ ਵੀ ਥਾਲੀਆਂ ਵਿੱਚ ਪਰੋਸੇ ਗਏ। ਇਤਿਆਦ ਪਰੋਸ ਆਹਾਰ, ਇਤਿਆਦ ਕਹਿੰਦੇ ਪ੍ਰਸ਼ਾਦੇ ਨਾਲ ਮਠਿਆਈਆਂ ਵੀ ਪਰੋਸੀਆਂ। ਬੜ ਹੋਤ ਭਈ ਜਿਵਨਾਰਾ, ਕਹਿੰਦੇ ਵੀ ਇਹ ਬੜ ਹੋਤ ਭਈ ਜਿਨਵਾਰਾ, ਇਹ ਜਨਵਾਰਾ ਕਹਿੰਦੇ ਨੇ ਜਾਂ ਜਿਆਫਤ ਕਹਿੰਦੇ ਨੇ, ਜਿਹੜਾ ਵਿਆਹ ਤੋਂ ਬਾਅਦ ਭੋਜਨ ਛਕਾਇਆ ਜਾਵੇ। ਸੋ ਇਸ ਪ੍ਰਕਾਰ ਦੇ ਨਾਲ ਸੋਹਣੇ ਪਕਵਾਨ ਭੋਜਨ ਪ੍ਰਸ਼ਾਦੇ ਛਕਾਏ। ਤਬ ਗਾਵਤ ਨਾਗਰ ਨਾਰੀ, ਜਿਹੜੀਆਂ ਨਗਰ ਦੀਆਂ ਜਾਂ ਮਾਤਾ ਗੁਜਰੀ ਜੀ ਦੇ ਪਰਿਵਾਰ ਵੱਲੋਂ ਇਸਤਰੀਆਂ ਹਨ, ਉਹ ਕਹਿੰਦੇ ਵੀ ਖੁਸ਼ੀ ਦੇ ਗੀਤ ਗਾਉਂਦੀਆਂ ਨੇ। ਦੇ ਨਾਮ ਗੁਰੂ ਦੇ ਗਾਰੀ, ਦੇ ਹਾਸਾ ਠੱਠਾ ਜਿਹਾ ਵੀ ਕਰਦੇ ਆ, ਸਿੱਠਣੀ ਜੀ ਕਰ ਜਾਂਦੀਆਂ ਕਈ ਮਾਈਆਂ। ਤਿਉਂ ਹੋਤ ਆਨੰਦ ਬਿਲੰਦਾ, ਤੇ ਕੋਈ ਗੁੱਸਾ ਨਹੀਂ ਕਰਦਾ, ਕਹਿੰਦੇ ਜੋ ਵੀ ਕੁਝ ਕਹਿੰਦੀਆਂ ਬੜੇ ਆਨੰਦ ਵਿੱਚ ਸਾਰੇ ਖੁਸ਼ ਹੁੰਦੇ ਨੇ। ਅਚਲੀਨ ਜਥਾ ਰੁਚ ਬ੍ਰਿੰਦਾ, ਇਸ ਤਰ੍ਹਾਂ ਜਦੋਂ ਸਾਰਿਆਂ ਨੇ ਰੁਚੀ ਅਨੁਸਾਰ ਭੋਜਨ ਛਕ ਲਿਆ। ਦੇ ਲਾਗ ਭਲੇ ਚਲੇ ਆਏ, ਆ ਲਾਗ ਦੇ ਕੇ ਜੋ ਵੀ ਲਾਗੀਆਂ ਦਾ ਬਣਦਾ ਸੀ, ਜਿਹੜੇ ਸਾਰੇ ਵਿਆਹ ਦੇ ਵਿੱਚ ਵਿਚਾਰੇ ਲੱਗੇ ਰਹਿੰਦੇ ਆ, ਉਹਨਾਂ ਨੂੰ ਜੋ ਜੋ ਬਣਦਾ ਮਹਾਰਾਜ ਨੇ ਸਾਰਾ ਹੀ ਵੱਧ ਹੀ ਦਵਾਇਆ, ਜਿੰਨਾ ਬਣਦਾ ਉਹਦੇ ਤੋਂ ਦੇ ਕੇ ਫਿਰ ਵਾਪਸ ਡੇਰੇ ਆ ਗਏ। ਬਾਸਰ ਤੀਨ ਬਿਤਾਏ, ਇਸ ਤਰ੍ਹਾਂ ਤਿੰਨ ਦਿਨ ਕਹਿੰਦੇ ਵੀ ਗੁਰੂ ਸਾਹਿਬ ਜੀ ਨੇ ਬਰਾਤ ਦੇ ਸਮੇਤ ਆਪਣੇ ਪੁੱਤਰ ਦੇ ਵਿਆਹ ਦੇ ਸਮੇਂ ਇੱਧਰ ਲਾਲ ਚੰਦ ਜੀ ਦੇ ਘਰ ਦੇ ਨੇੜੇ ਬਤੀਤ ਕੀਤੇ ਹਨ। ਲਾਲ ਚੰਦ ਦੇ ਦਾਜਾ, ਕਹਿੰਦੇ ਵੀ ਜੋ ਵੀ ਦੇਣਾ ਸੀ ਕੋਈ ਆਪਣੀ ਬੱਚੀ ਦੇ ਵਾਸਤੇ ਕੋਈ ਬਿਸਤਰਾ ਲੀੜਾ ਦੇ ਕਰਕੇ ਲਾਲ ਚੰਦ ਜੀ ਨੇ ਭੂਖਣ ਵਸਤਰ ਸਮਾਜਾ, ਵਸਤਰ ਵੀ ਦਿੱਤੇ ਹੈ, ਗਹਿਣੇ ਵੀ ਦਿੱਤੇ ਹਨ। ਤਰ ਜਥਾ ਸ਼ਕਤ ਕਰ ਜੋਰੇ, ਜਥਾ ਸ਼ਕਤ ਸਭ ਕੁਝ ਦੇ ਕੇ ਤੇ ਦੋਵੇਂ ਹੱਥ ਜੋੜ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੱਗੇ ਲਾਲ ਚੰਦ ਜੀ ਖਲੋ ਗਏ। ਨੈ ਸਰਿਓ ਕਛੂ ਟਿਗ ਮੋਰੇ, ਲੱਗਾ ਮਹਾਰਾਜ ਮੇਰੇ ਕੋਲ ਕੁਝ ਸਰਿਆ ਨਹੀਂ ਹੈ, ਤੁਹਾਡੀ ਸੇਵਾ ਨਹੀਂ ਹੋਈ, ਕੁਝ ਮੈਂ ਦੇ ਨਹੀਂ ਸਕਿਆ ਆਪ ਜੀ ਨੂੰ। ਇੱਕ ਤਨੁਜਾ ਮੈਂ ਹਿਤ ਹੋਏ ਵਾ, ਇੱਕ ਮਹਾਰਾਜ ਆਪਣੀ ਧੀ ਤੁਹਾਡੇ ਗੁਰੂ ਘਰ ਦੀ ਤੁਹਾਡੇ ਸਪੁੱਤਰ ਦੀ ਸੇਵਾ ਵਾਸਤੇ ਦਿੱਤੀ ਹੈ, ਹੋਰ ਮਹਾਰਾਜ ਮੈਂ ਆਪਣੀ ਬੱਚੀ ਤੋਂ ਬਿਨਾਂ ਤੁਹਾਡੀ ਕੋਈ ਬਹੁਤੀ ਸੇਵਾ ਕੋਈ ਦੇ ਨਹੀਂ ਸਕਿਆ। ਹਰਪਨ ਕੀਨ ਗੁਰਦੇਵਾ, ਤੇ ਮਹਾਰਾਜ ਇੱਕ ਬੱਚੀ ਐ ਹੀ ਤੁਹਾਡੇ ਘਰ ਦੀ ਸੇਵਾ ਕਰੇਗੀ, ਹੋਰ ਤਾਂ ਮੈਂ ਕੋਈ ਦੇਣ ਦੇ ਯੋਗ ਨਹੀਂ ਹਾਂ। ਬਿਸ਼ਨ ਕੌਰ ਸੰਗਦਾਰਾ, ਐਵੇਂ ਆਪਣੀ ਘਰ ਵਾਲੀ ਨੂੰ ਬਿਸ਼ਨ ਕੌਰ ਜੀ ਨੂੰ ਨਾਲ ਲੈ ਕੇ ਕੋਈ ਦੀਨ ਸੁਭਾਗ ਉਚਾਰਾ, ਦੋਵੇਂ ਹੱਥ ਜੋੜ ਕੇ ਤੇ ਬੜੇ ਦੀਨ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇਹ ਪਤੀ ਪਤਨੀ ਨੇ ਕਿਹਾ ਵੀ ਮਹਾਰਾਜ ਅਸੀਂ ਕਾਹੇ ਜੋਗੇ ਨਹੀਂ, ਦੇਣ ਜੋਗੇ ਨਹੀਂ, ਤੁਹਾਨੂੰ ਨਾ ਹੀ ਕੁਝ ਦਿੱਤਾ ਗਿਆ ਹੈ ਨਾ ਸੇਵਾ ਕੋਈ ਚੰਗੀ ਹੋਈ, ਇੱਕ ਕੰਨਿਆ ਸੀ ਉਹ ਮਹਾਰਾਜ ਤੁਹਾਡੇ ਸਪੁਰਦ ਕਰਤੀ ਹੈ ਤੁਹਾਡੀ ਸੇਵਾ ਦੇ ਲਈ। ਸੁਣ ਸਤਿਗੁਰ ਭਾਈ ਕਿਰਪਾਲਾ, ਤੇ ਸਾਧ ਸੰਗਤ ਜਿਹੜੇ ਲੋਕ ਅੱਜ ਕੱਲ੍ਹ ਤੰਗ ਕਰਦੇ ਆ ਨਾ ਇਵੇਂ ਧੀਆਂ ਵਾਲਿਆਂ ਨੂੰ ਪੈਸੇ ਪਿੱਛੇ ਜਾਂ ਦਾਜ ਦਹੇਜ ਪਿੱਛੇ, ਉਹਨਾਂ ਲਈ ਗੁਰੂ ਸਾਹਿਬ ਨੇ ਬੜਾ ਸੋਹਣਾ ਬਚਨ ਇੱਥੇ ਕਹਿ ਤਾ ਜੇ ਅਸੀਂ ਮੰਨੀਏ। ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਹੇ ਲਾਲ ਚੰਦ ਜੀ, ਬਿਸ਼ਨ ਕੌਰ ਜੀ, ਤੁਮ ਦੀਨੋ ਸਕਲ ਵਿਸਾਲਾ, ਕਹਿੰਦੇ ਵੀ ਤੁਸੀਂ ਸਾਰਾ ਕੁਝ ਬਹੁਤ ਕੁਝ ਸਾਨੂੰ ਦੇ ਦਿੱਤਾ ਹੈ, ਜਿਨ ਤਨੁ ਜਾਰਪਨ ਕੀਨ, ਕਿਉਂਕਿ ਜਿਨ੍ਹਾਂ ਨੇ ਆਪਣੀ ਧੀ ਹੀ ਦੇ ਦਿੱਤੀ ਹੈ, ਆਪਣੀ ਧੀ ਦਾ ਹੀ ਡੋਲਾ ਤੋਰ ਦਿੱਤਾ ਹੈ ਸੇਵਾ ਵਾਸਤੇ। ਕਿਆ ਪਾਛੇ ਤਿਨ ਰੱਖ ਲਈ, ਉਹਨਾਂ ਹੋਰ ਪਿੱਛੇ ਕੀ ਰੱਖ ਲਿਆ, ਪਿੱਛੇ ਕੀ ਰਹਿ ਗਿਆ, ਵੀ ਜਦੋਂ ਲਾਡਾ ਨਾ ਪਾਲੀ ਜਿਹੜੀ ਆਪਣੀ ਕੰਨਿਆ ਹੈ, ਉਹੀ ਮਹਾਰਾਜ ਸਾਹਿਬ ਕਹਿੰਦੇ ਵੀ ਤੁਸੀਂ ਸਾਡੇ ਸਪੁੱਤਰ ਦੇ ਲੜ ਲਾਤੀ ਹੈ, ਆਪਣੀ ਬੱਚੀ ਸ੍ਰੀ ਗੁਜਰੀ ਸਾਨੂੰ ਦੇ ਦਿੱਤੀ ਹੈ, ਅਤੇ ਲਾਲ ਚੰਦ ਜੀ
ਔਰ ਇੱਥੇ ਪਿੱਛੇ ਕੀ ਰਹਿ ਗਿਆ ਹੈ ਵੀ ਦੇਣ ਵਾਲਾ ਸਭ ਕੁਝ ਹੀ ਆ ਗਿਆ, ਤੁਸੀਂ ਬਹੁਤਾ ਕੁਝ ਹੀ ਦੇ ਦਿੱਤਾ, ਐਵੇਂ ਗੁਰੂ ਸਾਹਿਬ ਨੇ ਖੁਸ਼ੀ ਕੀਤੀ। ਸੁਣ ਲਾਲ ਚੰਦ ਪਦ ਬੰਦੇ, ਮਹਾਰਾਜ ਦੇ ਬਚਨ ਸੁਣ ਕੇ ਲਾਲ ਚੰਦ ਨੇ ਗੁਰਾਂ ਨੂੰ ਮੱਥਾ ਟੇਕਿਆ, ਕੁਨ ਡੋਰਾ ਲਿਆਏ ਬਿਲੰਦੇ, ਫਿਰ ਬਰਾਤ ਦੀ ਰਵਾਨਗੀ ਵਾਸਤੇ ਸ੍ਰੀ ਮਾਤਾ ਗੁਜਰੀ ਜੀ ਨੂੰ ਬਿਠਾਉਣ ਲਈ ਡੋਲਾ ਲਿਆਂਦਾ ਗਿਆ। ਤੈ ਗੁਜਰੀ ਸੁਤਾ ਬਿਠਾਈ, ਉਹਦੇ ਵਿੱਚ ਆਪਣੀ ਪੁੱਤਰੀ ਸ੍ਰੀ ਗੁਜਰੀ ਜੀ ਨੂੰ ਬਿਠਾਇਆ ਹੈ। ਪਤ ਸੇਵਨ ਸਿੱਖ ਸਿਖਾਈ, ਜਦੋਂ ਡੋਲੇ ਵਿੱਚ ਬਹਿ ਗਈ ਜੀ ਨਾ ਮਾਤਾ ਗੁਜਰੀ ਜੀ, ਅਤੇ ਮਾਤਾ ਬਿਸ਼ਨ ਕੌਰ ਨੇ ਉਦੋਂ ਸਿੱਖਿਆ ਦਿੱਤੀ ਆਪਣੀ ਧੀ ਨੂੰ, ਜੋ ਮਾਈਆਂ ਨਹੀਂ ਦਿੰਦੀਆਂ ਅੱਜ ਕੱਲ੍ਹ, ਕਹਿਣ ਲੱਗੀ ਧੀਏ ਆਪਣੀ ਪਤੀ ਦੀ ਸੇਵਾ ਕਰੀ ਰੱਬ ਰੂਪ ਜਾਣ ਕਰਕੇ। ਸਭ ਕਰੇ ਵਿਸਰਜਨ ਚੱਲੇ, ਨਾਂ ਦਾ ਸ਼ਬਦ ਨਾ ਕਦੀ ਵੀ ਕਹੀ, ਧੀਏ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀ, ਆਪਣੇ ਪਤੀ ਦੀ ਖੁਸ਼ੀ ਲਵੀ, ਇਸ ਤਰ੍ਹਾਂ ਦੀਆਂ ਸਿੱਖਿਆ ਦਿੱਤੀਆਂ, ਸਾਰੀ ਬਰਾਤ ਵਿਸਰਜਨ ਹੋਈ ਹੈ। ਧਨ ਵਰਖਾ ਕੀਨ ਵਿਸਾਲੇ, ਧਨ ਦੀ ਵਰਖਾ ਗਰੀਬਾਂ ਨੂੰ ਮਿਲ ਜੇ, ਕੁਝ ਨਾ ਕੁਝ ਕਰਦਿਆਂ ਹੋਇਆਂ ਵਾਪਸ ਆ ਰਹੇ ਨੇ। ਨਿਜ ਘਰ ਲੋ ਆਵਤ ਸਾਰੇ, ਜਿੱਥੇ ਸਾਧ ਸੰਗਤ ਥੰਮ ਸਾਹਿਬ ਗੁਰਦੁਆਰਾ ਹੈ ਉੱਥੋਂ ਤੀਕਰ ਵਰਖਾ ਕਰਦੇ ਆਪਣੇ ਘਰ ਤੀਕਰ ਆਏ। ਧਨ ਡਾਰਤ ਗਰੀਬ ਬਜ਼ਾਰੇ, ਗਲੀਆਂ ਬਾਜ਼ਾਰਾਂ 'ਚ ਬਹੁਤਾ ਹੀ ਧਨ ਮਹਾਰਾਜ ਸਾਹਿਬ ਜੀ ਨੇ ਅਰਪਣ ਕਰ ਦਿੱਤਾ ਗਰੀਬਾਂ ਨੂੰ। ਗਨ ਬਾਜ ਬਜਾਵਤ ਉੱਚੇ, ਉੱਚੀ ਉੱਚੀ ਆਵਾਜ਼ ਵਿੱਚ ਵਾਜੇ ਵੱਜਦੇ ਆ ਰਹੇ ਨੇ ਅੱਗੇ ਅੱਗੇ ਸ੍ਰੀ ਤੇਗ ਬਹਾਦਰ ਸਾਹਿਬ ਦੀ ਵਿਆਹ ਦੀ ਖੁਸ਼ੀ। ਅੰਦਰ ਗੁਰ ਮੰਦਰ ਆਣ ਪਹੁੰਚੇ, ਜਿੱਥੇ ਮਹਾਰਾਜ ਦੇ ਮਹਿਲ ਨੇ ਉੱਥੇ ਪਹੁੰਚ ਗਏ ਆਣ ਕੇ। ਮਿਲੇ ਅੱਗੇ ਨਾਗਰ ਨਾਗਰੀ, ਅੱਗੇ ਨਗਰ ਦੀਆਂ ਜਿਹੜੀਆਂ ਮਹਾਰਾਜ ਸਾਹਿਬ ਦੇ ਨੇੜੇ ਤੇੜੇ ਇਸਤਰੀਆਂ ਰਹਿੰਦੀਆਂ ਨੇ ਤੇ ਹੋਰ ਜੋ ਸੰਬੰਧੀ ਬੀਬੀਆਂ ਆਈਆਂ ਸਨ, ਬਹੁ ਗਾਏ ਗੀਤ ਮੁੱਦ ਭਾਰੇ, ਉਹਨਾਂ ਨੇ ਬਰਾਤ ਆਉਂਦੀ ਵੇਖ ਕੇ ਖੁਸ਼ੀ ਦੇ ਮੁਦੇ ਬੜੇ ਆਨੰਦ ਨਾਲ ਗੀਤ ਗਾ ਕੇ ਸਵਾਗਤ ਕੀਤਾ। ਸਭ ਵਿਖੇ ਨਾਨਕੀ ਆਵੇ, ਸਾਰਿਆਂ ਦੇ ਵਿੱਚ ਅੱਗੇ ਅੱਗੇ ਸ੍ਰੀ ਮਾਤਾ ਨਾਨਕੀ ਜੀ ਆ ਰਹੇ ਹਨ। ਸੁਤ ਬਧੂ ਪਿਖਨ ਲਲਚਾਵੇ, ਮਨ ਵਿੱਚ ਲਾਲਚ ਹੈ ਵੀ ਆਪਣੇ ਪੁੱਤਰ ਦੀ ਬਹੂ ਘਰ ਵਾਲੀ ਨਹੀਂ ਵੇਖੀ, ਮੈਂ ਉਹ ਦੇਖਣੀ ਹੈ, ਭਾਵ ਕੇ ਆਪਣੀ ਨੂੰਹ ਦੇ ਦਰਸ਼ਨ ਕਰਨਾ ਚਾਹੁੰਦੇ ਹਨ। ਜਬ ਪਹੁੰਚੇ ਪੌਰ ਅਗਾਰੀ, ਜਦੋਂ ਘਰ ਦੇ ਦਰਵਾਜ਼ੇ ਦੇ ਅੱਗੇ ਸ੍ਰੀ ਤੇਗ ਬਹਾਦਰ ਸਾਹਿਬ ਮਹਾਰਾਜ ਤੇ ਮਾਤਾ ਗੁਜਰੀ ਜੀ ਪਹੁੰਚ ਗਏ, ਸਿਰ ਵਾਰ ਵਾਰ ਤਿਸ ਬਾਰੇ, ਸਿਰ ਤੋਂ ਕਹਿੰਦੇ ਵੀ ਵਾਰ ਵਾਰ ਕੇ ਪਾਣੀ ਮਾਤਾ ਜੀ ਨੇ ਕਰ ਪੀਵਨ ਆਨੰਦ ਧਾਰੇ, ਬੜੇ ਆਨੰਦ ਦੇ ਨਾਲ ਆਪਣੇ ਨੂੰਹ ਪੁੱਤ ਸ੍ਰੀ ਤੇਗ ਬਹਾਦਰ ਤੇ ਸ੍ਰੀ ਗੁਜਰੀ ਜੀ ਦੇ ਸਿਰ ਤੋਂ ਵਾਰ ਵਾਰ ਪਾਣੀ ਪੀਤਾ ਮਾਤਾ ਨਾਨਕੀ ਨੇ। ਹੋਏ ਸੁਤ ਉੱਪਰ ਬਲਹਾਰ, ਆਪਣੇ ਪੁੱਤਰ ਤੋਂ ਬਲਹਾਰ ਜਾਂਦੇ ਨੇ ਵੀ ਸਦਕੇ ਜਾਵਾਂ ਆਪਣੇ ਪੁੱਤ ਦੇ, ਮੇਰੀ ਨੂੰਹ ਲੈ ਕੇ ਆਇਆ ਹੈ। ਕੁਲ ਰੀਤ ਕਰੀ ਮਨ ਭਾਈ, ਜੋ ਵੀ ਮਰਿਆਦਾ ਸੀ ਸਾਰੀ ਨਿਭਾਈ ਗਈ ਉਸ ਸਮੇਂ। ਲੈ ਅੰਤਰ ਮਹਿਲ ਸਦਾ, ਤੇ ਇਸ ਤਰ੍ਹਾਂ ਮਹਿਲ ਦੇ ਅੰਦਰ ਲੈ ਕੇ ਆਪਣੇ ਨੂੰਹ ਪੁੱਤ ਨੂੰ ਮਾਤਾ ਜੀ ਚਲੇ ਗਏ। ਥਾਤੇ ਦੇ ਕਰ ਚੇਰੇ, ਤੇ ਧਨ ਦੀ ਥਾਲੀ ਝੋਲੀ ਵਿੱਚ ਆਪਣੀ ਨੂੰਹ ਸ੍ਰੀ ਗੁਜਰੀ ਦੇ ਪਾ ਕੇ, ਅਨੁਖਾ ਬਦਨ ਕੀ ਔਰੇ, ਆਪਣੀ ਨੂੰਹ ਦਾ ਜੋ ਚਿਹਰਾ ਢੱਕਿਆ ਸੀ ਉਹ ਪੜਦਾ ਜਿਹਾ ਪਰੇ ਕਰਤਾ। ਪਹਿਲਾਂ ਮਾਤਾ ਜੀ ਨੇ ਧਨ ਦੀ ਥਾਲੀ ਝੋਲੀ 'ਚ ਪਾਈ ਤੇ ਸ੍ਰੀ ਗੁਜਰੀ ਜੀ ਦੇ ਚਿਹਰੇ ਤੇ ਜਿਹੜਾ ਪੜਦਾ ਜਿਹਾ ਸੀ ਉਹ ਪਰੇ ਕਰਕੇ ਆਪਣੀ ਨੂੰਹ ਰਾਣੀ ਦੇ ਦਰਸ਼ਨ ਕੀਤੇ, ਬੜੇ ਖੁਸ਼ ਹੋਏ, ਚੰਗੇ ਸੋਹਣੇ ਥਾਂ ਤੇ ਆਪਣੇ ਪੁੱਤਰ ਨੂੰ ਆਪਣੀ ਨੂੰਹ ਨੂੰ ਬਿਠਾਇਆ ਹੈ। ਬਾਕੀ ਵੀ ਜਿੰਨੀਆਂ ਸਾਗ ਸੰਬੰਧੀ ਬੀਬੀਆਂ ਆਈਆਂ ਨੇ
ਧਨ ਦੇ ਕੇ ਸਾਰੀਆਂ ਹੀ ਨਵੀਂ ਆਈ ਬਹੂ ਨਵੀਂ ਆਈ ਵਹੁਟੀ ਦਾ ਚਿਹਰਾ ਵੇਖਦੀਆਂ ਖੁਸ਼ ਹੁੰਦੀਆਂ ਹਨ। ਦੇ ਦਰਬ ਸਰਬ ਹੀ ਹੀਰਾ ਧਨ ਦਿੰਦੀਆਂ ਨੇ ਤੇ ਖੁਸ਼ੀ ਦੇ ਨਾਲ ਵੇਖਦੀਆਂ ਹਨ ਸਭ। ਮੁਖ ਕਰਤ ਸਰਾ ਕਨੇਰੇ ਬੜੀ ਸਲਾਹਨਾ ਕਰਦੀਆਂ ਨੇ ਵੇਖ ਵੇਖ ਕੇ ਮੁਖੋਂ। ਕਹਿ ਤੇਗ ਬਹਾਦਰ ਜੋੜੀ ਕਹਿੰਦੇ ਵੀ ਸ੍ਰੀ ਤੇਗ ਬਹਾਦਰ ਤੇ ਜੋ ਸ੍ਰੀ ਗੁਜਰੀ ਦੀ ਜੋੜੀ ਬਣੀ ਹੈ ਨਾ ਤੇ ਕਹਿੰਦੇ ਵਧਾਦੇ ਨੇ ਸਾਰਿਆਂ ਤੋਂ ਸੋਹਣੀ ਇਹ ਕਹਿੰਦੇ ਜੋੜੀ ਰਚੀ ਹੈ ਵੀ ਇਹਦੇ ਵਰਗੀ ਜੋੜੀ ਕੋਈ ਨਹੀਂ ਹੈ। ਇਸ ਤਰ੍ਹਾਂ ਸਲਾਹੁੰਦੀਆਂ ਨੇ ਮਾਤਾ ਨਾਨਕੀ ਜੀ ਨੂੰ ਵਧਾਈ ਦਿੰਦੀਆਂ ਨੇ ਮਾਤਾ ਜੀ ਵਧਾਈ ਹੋਵੇ ਬੜੀ ਸੋਹਣੀ ਨੂੰਹ ਆਈ ਹੈ ਤੁਹਾਡੇ ਪੁੱਤਰ ਨਾਲ ਬੜਾ ਸੋਹਣਾ ਫੱਬ ਰਹੀ ਹੈ। ਇਵੇਂ ਵਿਆਹ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਨੂੰ ਨਾਲ ਲੈ ਕੇ ਮਾਤਾ ਗੁਜਰੀ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਆਪਣੇ ਪੁੱਤਰ ਨੂੰ ਨੂੰਹ ਨੂੰ ਲੈ ਕੇ ਘਰੇ ਵਾਪਸ ਪਹੁੰਚੇ ਨੇ। ਬੜੇ ਖੁਸ਼ੀਆਂ ਖੇੜੇ ਹੋਏ ਨੇ, ਹੋਰ ਖੁਸ਼ੀਆਂ ਖੇੜੇ ਅਤੇ ਫਿਰ ਸਾਰੀ ਬਰਾਤ ਜੋ ਆਈ ਸੀ ਜੋ ਵਿਆਹ ਵਿੱਚ ਜਿਵੇਂ ਸਮੇਂ ਸਮੇਂ ਨਾਲ ਵਧਾਈਗੀ ਲੈ ਕੇ ਜਾ ਰਹੇ ਨੇ, ਗੁਰੂ ਘਰ ਦੇ ਕੌਤਕ ਹੋ ਰਹੇ ਨੇ ਵੀ ਜਿਹੜਾ ਉੱਦਾਂ ਦੇ ਨਾ ਵੇਖਿਆ ਹੋਣਾ ਪਰ ਕੰਨਾਂ ਨਾਲ ਸੁਣ ਕੇ ਦਰਸ਼ਨ ਹੋ ਜਾਣੇ। ਜੇ ਆਪਾਂ ਜਿਵੇਂ ਉਦੋਂ ਨਹੀਂ ਵੇਖਿਆ ਤੇ ਹੁਣ ਕੰਨਾਂ ਨਾਲ ਸੁਣ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਵਿਆਹ ਦੇ ਦਰਸ਼ਨ ਹੋਏ ਨੇ ਵੀ ਐਵੇਂ ਮਹਾਰਾਜ ਸਾਹਿਬ ਜੀ ਦੇ ਆਨੰਦ ਕਾਰਜ ਦੇ ਸਮੇਂ ਸ੍ਰੀ ਗੁਜਰੀ ਜੀ ਦੇ ਵਿਆਹ ਦੇ ਸਮੇਂ ਕੌਤਕ ਹੋਏ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਾਨੂੰ ਆਪਣੇ ਚਰਨਾਂ ਦਾ ਸੇਵਾ ਦਾ ਪ੍ਰੇਮ ਬਖਸ਼ਣ, ਹੋਈਆਂ ਅਨੇਕਾਂ ਭੁੱਲਾਂ ਦੀ ਮੁਆਫ਼ੀ ਬਖਸ਼ ਦੇਣੀ। ਅਖੀਰਲੀਆਂ ਪੰਕਤੀਆਂ ਸਰਵਣ ਕਰੀਏ। ਕਰ ਤੇਗ ਧਨ ਥਾਤੀ ਦੇ ਕਰ ਚੋਰੀ, ਪਿਖ ਨੁਖਾ ਬਦਨ ਕੀ ਓਰੀ, ਸ਼ੁਭ ਥਾਨ ਬਿਠਾਵਨ ਕੀਨੀ, ਤ੍ਰੈਹੇਰਤ ਬਦੂ ਨਵੀਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ।
ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਪ੍ਰਾਨ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਹੇ ਸਮਰਥ ਅਗਮ ਪੂਰਨ ਮੋਹੇ ਮਯਾ ਤਾਰ ਅੰਧਕੂਪ ਮਹਾਪਿਆਨ ਨਾਨਕ ਪਾਰ ਉਤਾਰ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਕਥਾ ਨਿਤਾ ਪ੍ਰਤ ਹੋਤ ਹੈ ਸੁਨਹਿ ਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਤਰੇ ਪਾਰ ਜੋ ਸ਼ਰਧਾ ਕਰ ਸੇਵਦੇ ਪਾਰ ਉਤਾਰਨ ਹਾਰ ਜੋ ਸ਼ਰਧਾ ਕਰ ਸੇਵਦੇ ਵਾਹਿਗੁਰੂ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ।